Oh.
ਇਹਨਾਂ ਦੇ ਨਾਲ ਕਿਰਤ ਕਰ, ਇਹਨਾਂ ਦੇ ਨਾਲ ਕੰਮ ਕਰ, ਇਹਨਾਂ ਨਾਲ ਕਾਰਜ ਕਰ, ਸਭ ਕੁਝ ਸੱਚੇ ਪਾਤਸ਼ਾਹ ਨਾਲ ਰੱਖੇ ਦੇ ਜੀਵਨ ਦੇਣਾ ਅਤੇ ਜੀਵਨ ਲੈਣਾ, ਦੋ ਸਿਰੇ ਜਿਹੜੇ ਨੇ ਇਹਨਾਂ ਦੋ ਸਿਰੇ ਕਾਲ ਹੱਥ ਨੇ, ਕਹਿੰਦੇ ਕਾਲ ਇਤਨਾ ਬਲੀ ਜਿਹਨੇ ਸਭ ਜੇਰ ਕਰ ਦਿੱਤੇ। ਇਹਨੂੰ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਖਿਆ, ਐਸੋ ਇਹ ਸੰਸਾਰ ਵੇਖਣਾ ਰਹਿਣ ਨਾ ਕੋ ਪਹੀਏ ਰੇ, ਸੂਦੇ ਸੂਦੇ ਰੇਂਕ ਚਲੋ ਤੁਮ ਨਤਰ ਕੋ ਧੱਕਾ ਦੇ ਰਹੀ ਹੈ, ਬਾਰੇ ਬੁੱਢੇ ਤਰਨੇ ਭਈਆ ਸਭ ਨੂੰ ਜੰਮ ਲੈ ਜਾਈਏ ਰੇ, ਮਾਨਸ ਬੱਕਰਾ ਮੂਸਾ ਕੀਨੋ ਮੀਚ ਬਲਈਆ ਕਹੀਏ। ਕਹਿੰਦੇ ਮਨੁੱਖ ਦੀ ਤਾਂ ਹਾਲਤ ਇਵੇਂ ਦੀ ਹੈ। ਇੱਥੇ ਹੁਣ ਬਿੱਲੀ ਦੀ ਉਦਾਹਰਨ ਦਿੱਤੀ, ਜਮਰੂਪੀ ਬਿੱਲਾ ਵੀ ਮਹਾਰਾਜ ਨੇ ਆਖਿਆ ਗੁਰਬਾਣੀ ਅੰਦਰ, ਪਰ ਸਾਹਿਬ ਕਹਿੰਦੇ ਮੌਤ ਤਾਂ ਸਾਰਿਆਂ ਨੂੰ ਆਉਣੀ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਇਹ ਸ਼ਬਦ ਨਹੀਂ ਲਿਖਿਆ ਵੀ ਤੂੰ ਭਗਤੀ ਕਰ ਅਤੇ ਤੇਰਾ ਸਰੀਰ ਜਿਹੜਾ ਉਹ ਵਿਣਸੇ ਕਰਨੀ, ਤੂੰ ਰੱਬ ਰੱਬ ਕਰ ਅਤੇ ਤੂੰ ਸੰਸਾਰ ਤੋਂ ਜਾਏਗਾ ਨਹੀਂ। ਮਹਾਰਾਜ ਕਹਿੰਦੇ ਜਾਣਾ ਤਾਂ ਸਾਰਿਆਂ ਨੂੰ, ਧਰਮੀ ਵੀ ਜਾਏਗਾ ਅਧਰਮੀ ਵੀ ਜਾਏਗਾ, ਪੁੰਨੀ ਵੀ ਜਾਏਗਾ ਪਾਪੀ ਵੀ ਜਾਏਗਾ, ਬੁਰਾ ਵੀ ਜਾਏਗਾ ਭਲਾ ਵੀ ਜਾਏਗਾ, ਬੈਠਿਆਂ ਕਿਸੇ ਨਹੀਂ ਰਹਿਣਾ, ਲੇਕਿਨ ਜਾਣ ਦਾ ਤਰੀਕਾ ਵੱਖਰਾ। ਜਦੋਂ ਜਮਰੂਪੀ ਬਿੱਲਾ ਆਖਿਆ ਤੇ ਉੱਥੇ ਜਦੋਂ ਬਿੱਲੀ ਆਪਣੇ ਬਲੂੰਗੜੇ ਨੂੰ ਚੁੱਕ ਕੇ ਕਿਸੇ ਥਾਂ ਤੋਂ ਦੂਜੇ ਥਾਂ 'ਤੇ ਲਾਨਿਆਂ ਉਦਾਹਰਨਾਂ ਦਿੱਤੀਆਂ, ਉਹ ਗੁਰਬਾਣੀ 'ਚ ਵੀ ਬਚਨ ਆ, ਜੰਗਲ ਨੂੰ ਅੱਗ ਲੱਗੀ ਅਤੇ ਸਭ ਜੀ ਜਾਨ ਬਚਾਉਣ ਵਾਸਤੇ ਜੰਗਲ ਛੱਡ ਕੇ ਨਦੀ ਵਾਲੇ ਪਾਸੇ ਨੂੰ ਦੌੜਨ ਲੱਗੇ। ਇੱਕ ਸ਼ੇਰਨੀ ਨੇ ਬੱਚੇ ਦਿੱਤੇ ਸਨ ਔਰ ਬੱਚੇ ਅਜੇ ਬੜੇ ਛੋਟੇ, ਉਹ ਦੌੜ ਨਹੀਂ ਸਕਦੇ ਇਤਨਾ। ਹੁਣ ਕੀ ਕੀਤਾ, ਇੱਕ ਬੱਚੇ ਨੂੰ ਸ਼ੇਰਨੀ ਨੇ ਆਪਣੇ ਜਵਾੜਿਆਂ ਵਿੱਚ ਆਪਣੇ ਮੂੰਹ ਦੇ ਵਿੱਚ ਚੁੱਕਿਆ, ਕਿਉਂਕਿ ਉਹਦੇ ਕੋਲ ਹੋਰ ਕੋਈ ਸਾਧਨ ਨਹੀਂ, ਸਾਡੇ ਕੋਲ ਤਾਂ ਇਹ ਮਾਲਕ ਨੇ ਹੱਥ ਦਿੱਤੇ ਆ, ਪੈਰ ਦਿੱਤੇ, ਜ਼ੁਬਾਨ ਬੋਲਣ ਵਾਸਤੇ ਦਿੱਤੀ ਹੈ। ਸਤਿਗੁਰੂ ਗੁਰਬਾਣੀ ਵਿੱਚ ਤਾਂ ਹੀ ਸਾਨੂੰ ਸਮਝਾਉਂਦੇ ਆ, ਸਾਹਿਬ ਕਹਿੰਦੇ ਵੇਖ ਜੇ ਜ਼ੁਬਾਨ ਹੁੰਦੇ ਆ, ਲੱਤਾਂ ਅਲੱਗ ਹੈ, ਲੱਤਾਂ ਦਾ ਕੰਮ ਲੱਤਾਂ ਤੋਂ ਲੈਣਾ, ਹੱਥਾਂ ਦਾ ਕੰਮ ਹੱਥਾਂ ਤੋਂ ਲੈਣਾ, ਭੁੱਖ ਪਿਆਸ ਲੱਗਦੀ ਹੈ ਬੋਲ ਕੇ ਦੱਸ ਸਕਦਾ, ਲੇਕਿਨ ਜੇ ਕਿਤੇ ਮਾਲਕ ਦੀ ਇਬਾਦਤ ਨਾ ਨਾ ਕੀਤੀ ਅਤੇ ਅਗਲਾ ਇਹੋ ਜਿਹਾ ਸਰੀਰ ਮਿਲ ਗਿਆ ਜਿਹਦੇ ਵਿੱਚ ਨਾ ਬੋਲ ਕੇ ਦੱਸ ਸਕੇਗਾ ਵੀ ਮੈਨੂੰ ਭੁੱਖ ਲੱਗੀ ਕਿ ਪਿਆਸ ਲੱਗੀ, ਅਤੇ ਹਰ ਵਕਤ ਤੇਰੇ 'ਤੇ ਭਾਰ ਢੋਇਆ ਜਾਏਗਾ, ਨੱਕ ਵਿੱਚ ਨਕੇਲ ਪਾਈ ਹੋਏਗੀ। ਬਲਦ ਦਾ ਦ੍ਰਿਸ਼ਟਾਂਤ ਦਿੱਤਾ, ਚਾਰ ਪਾਂ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ, ਹਰ ਦਿਨ ਬੈਲ ਬਿਰਾਨੇ ਹੋਈ ਹੈ, ਫੂਟੇ ਲਾਗਣ ਟੁੱਟੇ ਕਾਂਧਣ ਕੋਦੋ ਕੋ ਭਸ ਖਈ ਹੈ, ਸਾਰੋ ਦਿਨ ਡੋਲਤ ਬਨ ਮਈਆ ਅਜੋ ਨਾ ਪੇਟ ਆ ਗਈ ਹੈ। ਕਹਿੰਦੇ ਅਜੇ ਵੀ ਜਿਹੜਾ ਸਾਰਾ ਦਿਨ ਸਾਰੀ ਦਿਹਾੜੀ ਵਾਹ ਕੇ ਜਿਵੇਂ ਜ਼ਮੀਂਦਾਰ, ਫਿਰ ਛੱਡ ਦਿੱਤਾ ਚੰਨ ਵਾਸਤੇ ਵੀ ਇੱਕ ਇੱਕ ਕੱਖ ਜਿਹੜਾ ਹੈ ਮੂੰਹ ਨਾਲ ਤੋੜ ਕੇ ਆਪਣਾ ਢਿੱਡ ਭਰ ਲਾ, ਅਤੇ ਵਕਤ ਲੱਗਿਆ ਫਿਰ ਪਜਾਲੀ ਗੱਲ ਪਾ ਦਿੱਤੀ ਔਰ ਕੰਨੇ ਪੈ ਗਏ। ਇਸ ਢੰਗ ਦੇ ਨਾਲ ਚੱਲਦਿਆਂ ਚੱਲਦਿਆਂ ਕਹਿੰਦੇ ਮਾਲਕ ਦੀ ਇਬਾਦਤ ਵਿੱਚ ਜੁੜ, ਮਾਲਕ ਨੇ ਤੈਨੂੰ ਰਸਨਾ ਬੋਲਣ ਵਾਸਤੇ ਦਿੱਤੀ ਹੈ ਔਰ ਪੈਰ ਤੁਰਨ ਵਾਸਤੇ, ਹੱਥ ਕੰਮ ਕਰਨ ਵਾਸਤੇ ਦਿੱਤੇ, ਸਰੀਰ ਦਾ ਸਹੀ ਇਸਤੇਮਾਲ ਕਰ। ਉੱਥੇ ਉਹ ਜਦੋਂ ਹੁਣ ਅੱਗ ਲੱਗੀ ਨਾ, ਉਹਨਾਂ ਕੋਲ ਕੋਈ ਹੱਥ ਤਾਂ ਹੈ ਨਹੀਂ ਵੀ ਬੱਚਿਆਂ ਨੂੰ ਹੱਥਾਂ ਨਾਲ ਚੁੱਕਦੇ ਅਤੇ ਲੈ ਕੇ ਦੌੜ ਪੈਂਦੇ। ਉਹ ਇੱਕ ਨੂੰ ਆਪਣੇ ਜਵਾੜਿਆਂ ਵਿੱਚ ਸ਼ੇਰਨੀ ਨੇ ਰੱਖਿਆ, ਇੱਕ ਨੂੰ ਸ਼ੇਰ ਨੇ ਰੱਖਿਆ, ਅਤੇ ਜਿਹੜਾ ਵੇਖਣ ਵਾਲਾ ਸੀ ਨਾ ਕੋਈ ਦੂਰੋਂ ਵੇਖ ਰਿਹਾ ਸੀ, ਉਹ ਆਉਂਦਾ ਵੀ ਇਹਦਾ ਤਾਂ ਜਵਾੜਾ ਬੜਾ ਭੈੜਾ, ਦੰਦੇ ਨੇ ਨਕੀਲੇ ਤਿੱਖੇ, ਵੀ ਇਹ ਕਿੱਡੇ ਕਿੱਡੇ ਜਾਨਵਰਾਂ ਨੂੰ ਹਾਥੀ ਤੱਕ ਦੇ ਦੁਆਲੇ ਹੋ ਜਾਏ ਅਤੇ ਪਾੜ ਖਾਂਦੇ ਨੇ, ਇਹ ਤਾਂ ਬੱਚੇ ਮਰ ਜਾਣਗੇ, ਛੱਡਣੇ ਨਹੀਂ, ਇਹ ਤਾਂ ਬਿਲਕੁਲ ਅਜੇ ਜਨਮੇ ਥੋੜ੍ਹਾ ਟਾਈਮ ਹੋਇਆ ਅਤੇ ਇਹਨੇ ਇਹ ਬੱਚੇ ਜਿਹੜੇ ਨੇ ਇਹਨਾਂ ਦਾ ਮਾਸ, ਇਹਨਾਂ ਦਾ ਸਰੀਰ ਅਜੇ ਇੰਨਾ ਕੂੜਾ, ਇਹਨਾਂ ਦੇ ਜਵਾੜਿਆਂ 'ਚ ਪਿਆ, ਕਿੱਥੋਂ ਬਚਣਾ। ਲੇਕਿਨ ਜਦੋਂ ਉਹਨਾਂ ਨੇ
ਜੰਗਲ ਚੋਂ ਬਾਹਰ ਲਿਜਾ ਕੇ ਜਿੱਥੇ ਅੱਗ ਦੀ ਰੇਂਜ ਖਤਮ ਹੁੰਦੀ ਉੱਥੇ ਲਿਜਾ ਕੇ ਬੱਚਿਆਂ ਨੂੰ ਆਪਣੇ ਜਵਾੜੇ ਤੋਂ ਛੱਡਿਆ। ਉਹ ਜਿਵੇਂ ਥੱਲੇ ਉਤਾਰਿਆ ਤੇ ਬੱਚੇ ਜਵਾੜੇ ਚੋਂ ਛੱਡਣ ਸਾਰ ਹੀ ਤੁਰਨ ਲੱਗ ਪਏ ਤੇ ਉਹਨੇ ਧਿਆਨ ਨਾਲ ਵੇਖਿਆ ਕਿਤੇ ਉਹਨਾਂ ਨੇ ਆਪਣੇ ਬੱਚਿਆਂ ਦੇ ਸਰੀਰ ਤੇ ਝਰੀਟ ਤੱਕ ਵੀ ਨਾ ਦਿੱਤੀ। ਔਰ ਮਾਲਕ ਨੇ ਤਾਂ ਕਰਕੇ ਉਦਾਹਰਣ ਦਿੱਤੀ, ਕਹਿੰਦੇ ਮੌਤ ਜਿਹੜੀ ਆ ਨਾ ਉਹ ਵੀ ਜਿਵੇਂ ਸ਼ੇਰ ਦਾ ਜਵਾੜਾ ਨਾ, ਐਸਾ ਹੀ ਜਵਾੜਾ ਹੈ ਮੌਤ ਦਾ। ਲੇਕਿਨ ਕੋਈ ਜਵਾੜਾ ਜਿੱਦਣ ਸ਼ਿਕਾਰ ਨੂੰ ਆਪਣੇ ਪਕੜਦਾ ਨਾ ਮੂੰਹ ਦੇ ਨਾਲ ਤੇ ਉਹਨੂੰ ਚਿੱਥ ਕੇ ਸੁੱਟ ਦਿੰਦਾ, ਪਰ ਕੋਈ ਜਵਾੜਾ ਜਿੱਦਣ ਆਪਣੇ ਬੱਚੇ ਨੂੰ ਚੁੱਕਦਾ ਤੇ ਉਹਨੂੰ ਇਸ ਤਰੀਕੇ ਨਾਲ ਚੁੱਕਦਾ ਉਹਨੂੰ ਚਰੀਕ ਤੱਕ ਨਹੀਂ ਆਉਣ ਦਿੰਦਾ। ਇਹਨਾਂ ਸੁਖਾਲ ਕਹਿੰਦੇ ਇਸੇ ਤਰ੍ਹਾਂ ਜਾਣਾ ਸੰਸਾਰ ਤੋਂ ਸਾਰਿਆਂ ਨੇ, ਲੇਕਿਨ ਜਿੱਦਣ ਔਗਣ ਵਾਲਾ ਵਿਕਾਰੀ ਜੀਵਨ ਮਾਲਕ ਦੀ ਇਬਾਦਤ ਤੋਂ ਬਿਹੂਣਾ ਉਹਨੂੰ ਇਸ ਸੰਸਾਰ ਤੋਂ ਰੁਖਸਤ ਹੋਣਾ ਪਏਗਾ। ਮੌਤ ਤਾਂ ਉਹੀ ਹੈ ਪਰ ਉਹਨੂੰ ਇਸ ਤਰ੍ਹਾਂ ਪਕੜੇਗੀ ਜਿਵੇਂ ਸ਼ੇਰ ਆਪਣੇ ਸ਼ਿਕਾਰ ਨੂੰ ਪਕੜਦਾ। ਜਿੱਦਣ ਉਹਦਾ ਭਗਤ ਉਹਦਾ ਪਿਆਰਾ ਜਾਏਗਾ ਉਹਦੀ ਇਬਾਦਤ ਵਾਲਾ ਜਾਏਗਾ, ਉਹਨੂੰ ਕਹਿੰਦੇ ਮੌਤ ਇਸ ਤਰ੍ਹਾਂ ਲੈ ਕੇ ਜਾਏਗੀ ਜਿਵੇਂ ਮਾਂ ਆਪਣੇ ਬੱਚੇ ਨੂੰ ਲੈ ਕੇ ਜਾਂਦੀ। ਤਾਂ ਕਰਕੇ ਰੱਬ ਦੇ ਪਿਆਰਿਆਂ ਦਾ ਸੰਸਾਰ ਤੋਂ ਜਾਣਾ ਬੜਾ ਸੁਖਾਲਾ ਔਰ ਉਹਦੀ ਇਬਾਦਤ ਤੋਂ ਟੁੱਟਿਆ ਹੋਇਆਂ ਦਾ ਸੰਸਾਰ ਤੋਂ ਜਾਣਾ ਬੜਾ ਦੁੱਖ ਵਾਲਾ। ਬਾਬੇ ਫਰੀਦ ਨੇ ਉਸ ਦਾ ਦ੍ਰਿਸ਼ਟਾਂਤ ਦਿੱਤਾ ਹੈ। ਇੱਕ ਪਾਸੇ ਗੁਰਬਾਣੀ ਵਿੱਚ ਆਖਿਆ ਕਹਿੰਦੇ ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂਕ ਕੜਕਾਏ, ਕਹਿੰਦੇ ਇਸ ਤਰ੍ਹਾਂ ਜਿੰਦ ਕੱਢੀ ਜਾਂਦੀ ਹੱਡਾਂ ਨੂੰ ਤੋੜ ਕੇ ਇਸ ਤਰੀਕੇ ਦੇ ਨਾਲ ਇਤਨਾ ਦੁਖਦਾਈ ਹੈ ਜੀਵਨ। ਔਰ ਦੂਸਰੇ ਪਾਸੇ ਆਖਿਆ ਕਹਿੰਦੇ ਗੁਰਮੁਖ ਰੱਬ ਦਾ ਪਿਆਰਾ ਉਹ ਇਸ ਢੰਗ ਨਾਲ ਸੰਸਾਰ ਤੋਂ ਤੁਰਦਾ। ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਨੇ ਜਦੋਂ ਸਰੀਰਕ ਚੋਲਾ ਤਿਆਗਣਾ ਸੀ ਨਾ ਤਾਂ ਮਹਾਰਾਜ ਨੇ ਆਪਣਾ ਸਰੀਰਕ ਚੋਲਾ ਤਿਆਗਣ ਤੋਂ ਪਹਿਲਾਂ, ਜਿਵੇਂ ਅਸੀਂ ਦੁਨਿਆਵੀ ਲੋਕ ਕਈ ਵਾਰੀ ਵਸੀਅਤ ਕਰਦੇ ਹਾਂ ਤੇ ਵਸੀਅਤ ਵਿੱਚ ਇਹੋ ਹੀ ਹੁੰਦਾ ਵੀ ਮੇਰੀ ਇੰਨੀ ਜਾਇਦਾਦ ਹੈ ਜਾਂ ਇੰਨਾ ਧਨ ਪਦਾਰਥ ਹੈ ਤੇ ਉਹ ਮੇਰੇ ਧੀਆਂ ਪੁੱਤਰਾਂ ਵਿੱਚ ਮੇਰੇ ਟੱਬਰ ਵਿੱਚ ਇਸ ਢੰਗ ਨਾਲ ਤਕਸੀਮ ਕਰ ਦਿੱਤਾ ਜਾਵੇ, ਇਸ ਢੰਗ ਨਾਲ ਵੰਡਿਆ ਜਾਵੇ, ਮੇਰੇ ਤੋਂ ਬਾਅਦ ਇਹਦਾ ਮਾਲਕ ਇਹ ਹੋਏਗਾ ਇਹਦਾ ਇਹ ਹੋਏਗਾ। ਪਰ ਇੱਕ ਵਸੀਅਤ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਕੀਤੀ, ਉਹ ਵਸੀਅਤ ਦੇ ਦਰਸ਼ਨ ਅਸੀਂ ਕਰਦੇ ਹਾਂ ਰਾਮਕਲੀ ਰਾਗ ਦੇ ਵਿੱਚ ਸੱਤ ਬਾਣੀ, ਕਿਉਂਕਿ 917 ਤੋਂ ਆਨੰਦ ਸਾਹਿਬ ਸ਼ੁਰੂ ਹੁੰਦਾ ਤੇ 922 ਤੇ ਜਾ ਕੇ ਆਨੰਦ ਸਾਹਿਬ ਦੀ ਜਿਹੜੀ ਉਹ ਸਮਾਪਤੀ ਹੋ ਜਾਂਦੀ, ਅੱਗੇ ਫਿਰ 23 ਤੇ ਆਰੰਭ ਹੁੰਦੀ ਹੈ ਸੱਤ ਬਾਣੀ ਜਿਹਦੇ ਵਿੱਚ 6 ਪਦੇ ਨੇ 6 ਪੌੜੀਆਂ। ਇਹਨੂੰ ਲਿਖਣ ਦਾ ਕਾਰਜ ਹੈ ਨਾ ਜਿਹੜਾ ਉਹ ਬਾਅਦ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਹੁਣਾਂ ਨੇ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸਪੁੱਤਰ ਦੋ ਸਪੁੱਤਰ ਦੋ ਧੀਆਂ ਨੇ, ਦੋਵਾਂ ਵਿੱਚੋਂ ਇੱਕ ਨੇ ਗ੍ਰਿਸ਼ਤ ਨੂੰ ਧਾਰਨ ਕੀਤਾ ਬਾਬਾ ਮੋਹਰੀ ਜੀ। ਬਾਬਾ ਮੋਹਰੀ ਜੀ ਹੁਣਾਂ ਦੇ ਪੁੱਤਰ ਹੋਏ ਆਨੰਦ ਜੀ ਤੇ ਆਨੰਦ ਜੀ ਹੁਣਾਂ ਦੇ ਅੱਗੋਂ ਸਪੁੱਤਰ ਹੋਏ ਨੇ ਬਾਬਾ ਸੁੰਦਰ ਜੀ, ਜਿਨ੍ਹਾਂ ਨੇ ਸੱਤ ਬਾਣੀ ਨੂੰ ਅੱਖਰਾਂ ਦੇ ਵਿੱਚ ਲਿਖਿਆ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਦਰਜ ਕੀਤਾ। ਉਹ ਸੱਤ ਬਾਣੀ ਦੇ ਜਿਹੜੇ 6 ਦੇ 6 ਪਦੇ ਹਨ, ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਲਾਵਾਂ ਉਚਾਰਨ ਕਰਕੇ ਸੂਈ ਰਾਗ ਵਿੱਚ ਸਾਨੂੰ ਦੱਸਿਆ ਵੀ ਸਿੱਖ ਦੀ ਧੀ ਜਾਂ ਪੁੱਤਰ ਦਾ ਵਿਆਹ ਹੋਵੇ ਤੇ ਉਹ ਕਿਹੜੇ ਢੰਗ ਨਾਲ ਹੋਣਾ ਚਾਹੀਦਾ ਸੀ, ਮਰਿਆਦਾ ਨਿਭਾਉਣੀ ਉਸ ਮੁਤਾਬਕ। ਇਸੇ ਤਰ੍ਹਾਂ ਸਾਹਿਬ ਕਹਿੰਦੇ ਕੋਈ ਗੁਰੂ ਕਾ ਪਿਆਰਾ ਕੋਈ ਸਿੱਖ ਕੋਈ ਸਿੱਖਣੀ ਜਦੋਂ ਅਕਾਲ ਚਲਾਣਾ ਕਰ ਜਾਏ ਤਾਂ ਕਹਿੰਦੇ ਉਸ ਵਕਤ ਜਿਹੜੀ ਮਰਿਆਦਾ ਨਿਭਾਉਣੀ ਹੈ ਜਿਹਨੂੰ ਮੌਤ ਦਾ ਸੰਸਕਾਰ ਆਖਿਆ ਗਿਆ ਤਾਂ ਉਹਦਾ ਕਹਿੰਦੇ ਢੰਗ ਕੀ ਹੈ ਵਿਧਾਨ ਕੀ ਹੈ, ਉਹ ਮਹਾਰਾਜ ਨੇ ਸੱਤ ਬਾਣੀ ਦੇ ਅੰਦਰ ਲਿਖਿਆ। ਸਤਿਗੁਰੂ ਪਹਿਲਾਂ ਤਾਂ ਇਹ ਕਹਿੰਦੇ ਆ ਵੀ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ ਗਿਆ, ਉਹਦੀ ਆਗਿਆ ਆ ਗਈ, ਆਇਆ ਹਕਾਰਾ ਚੱਲਣ ਵਾਲਾ ਹਰ ਰਾਮ ਨਾਮ ਸਮਾਇਆ,
ਕਹਿੰਦੇ ਉਹ ਸਮਾਲਕ ਦਾ ਹੁਕਮ ਆ ਗਿਆ, ਸੱਦਣਾ ਆ ਗਿਆ ਤੇ ਉਹਦੇ ਸੱਦੇ ਮੁਤਾਬਕ ਅਸੀਂ ਹੁਣ ਇਹ ਸੰਸਾਰ ਤੋਂ ਰੁਖਸਤ ਹੋਣਾ ਹੈ, ਸੰਸਾਰ ਤੋਂ ਜਾਣਾ। ਔਰ ਮਹਾਰਾਜ ਸੱਚੇ ਪਾਤਸ਼ਾਹ ਪਰਿਵਾਰ ਨੂੰ ਕੋਲ ਬਿਠਾਇਆ ਪੂਰਾ ਵੀ ਅਸੀਂ ਕੋਈ ਕੀਮਤ ਉਤਾਰ ਕੇ ਸਰੀਰ ਲਿਆ ਵੀ ਇਹ ਉਹਨੇ ਦਿੱਤਾ ਅਮਾਨਤ ਵਜੋਂ ਮਿਲਿਆ। ਔਰ ਉਹ ਮਾਲਕ ਦੀ ਅਮਾਨਤ ਹੈ, ਕਹਿੰਦੇ ਉਹ ਅਕਾਲ ਪੁਰਖ ਨੇ ਸਰੀਰ ਦਿੱਤਾ ਤੇ ਜਿੱਦਣ ਲੈ ਲਿਆ ਉਦਣ ਤਾਂ ਬੜੇ ਖੁਸ਼ ਜਨਮ ਹੋਇਆ। ਔਰ ਆਪਾਂ ਜ਼ਿੰਦਗੀ ਵਿੱਚ ਅਕਸਰ ਕਈ ਵਾਰੀ ਇਹ ਸ਼ਬਦ ਵਰਤਦੇ ਹਾਂ ਵੀ ਵੇਖੋ ਜੀ ਕਿਸੇ ਨੇ ਆਪਣੇ ਕੋਲੋਂ ਕੁਝ ਲਿਆ ਹੋਵੇ ਨਾ ਤੇ ਜਿੱਦਣ ਵਾਪਸ ਮੰਗੀਏ ਅਗਲਾ ਕੋਈ ਤਿੰਨ ਪੰਜ ਕਰੇ ਕੋਈ ਹੋਰ ਬਾਤ ਸੁਣਾਵੇ ਜਾਂ ਆਲਾ ਟਾਲਾ ਕਰੇ ਤੇ ਅਸੀਂ ਕਈ ਵਾਰੀ ਸੈਕਿੰਡ ਪਰਸਨ ਕੋਲ ਜਾ ਕੇ ਗੱਲ ਕਰਨੇ ਵੇਖੋ ਜੀ ਦੁਨੀਆ ਬੜੀ ਮਾੜੀ ਹੋ ਗਈ, ਲੋਕਾਂ ਦਾ ਲੈਣ ਵੇਰੀ ਮੂੰਹ ਹੋਰ ਹੁੰਦਾ ਹੈ ਤੇ ਦੇਣ ਵੇਰੀ ਹੋਰ ਹੋ ਜਾਂਦਾ। ਪਰ ਮਹਾਰਾਜ ਕਹਿੰਦੇ ਤੂੰ ਬੰਦਿਆਂ ਨੂੰ ਤੇ ਕਹਿ ਦਿੰਦਾ ਪਰ ਤੂੰ ਆਪਣਾ ਵੀ ਤਾਂ ਹਿਸਾਬ ਲਾ ਨਾ, ਤੂੰ ਰੱਬ ਨਾਲ ਕੀ ਕਰ। ਜਿੱਦਣ ਪਰਮੇਸ਼ਰ ਤੋਂ ਕੁਝ ਮਿਲਦਾ ਹੈ ਉਦਣ ਤੇਰਾ ਮੂੰਹ ਕੁਝ ਹੋਰ ਹੁੰਦਾ ਹੈ, ਬੜਾ ਖੁਸ਼ ਆਪੇ ਦੁਬਾਰਾ ਇੰਨਾ ਪ੍ਰਸੰਨ ਸੰਭਾਲਣਾ ਔਖਾ। ਤੇ ਕਹਿੰਦੇ ਜਿੱਦਣ ਉਹ ਆਪਣੀ ਅਮਾਨਤ ਵਾਪਸ ਲੈ ਲੈਂਦਾ ਹੈ ਉਦਣ ਤੇਰਾ ਵਿਆਹ ਕਿਹੋ ਜਿਹਾ ਹੁੰਦਾ। ਤਾਂ ਕਰਕੇ ਆਪਾਂ ਜਦੋਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਅਗਣਤ ਸਾਹ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ, ਕਹਿੰਦੇ ਉਹ ਅਣਗਿਣਤ ਦਾਤਾਂ ਦਿੰਦਾ ਉਹ ਸ਼ਾਹ ਜਿਹੜਾ ਸ਼ਾਹਾਂ ਦਾ ਸ਼ਾਹ, ਔਰ ਉਹਨੂੰ ਬੰਦਾ ਖਾਂਦਾ ਪੀਂਦਾ ਪਹਿਨਦਾ ਹੰਡਾਉਂਦਾ ਮੰਨਦਾ। ਅਗਣਤ ਸਾਹ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ, ਕਹਿੰਦੇ ਆਪਣੀ ਅਮਾਨ, ਅਮਾਨ ਦਾ ਅਰਥ ਹੈ ਅਮਾਨਤ, ਆਪਣੀ ਅਮਾਨ ਕਸ਼ ਬੌਰ ਸ਼ਾਹ ਲੇ। ਕਹਿੰਦੇ ਜੇ ਬੌਰ ਦਾ ਅਰਥ ਹੈ ਦੁਬਾਰਾ ਪਰਤ ਕੇ, ਜਿਹਨੇ ਜੋ ਅਮਾਨਤ ਦਿੱਤੀ ਜੋ ਦਾਤ ਦਿੱਤੀ ਸੀ ਸਾਹਿਬ ਨੇ, ਜਿੱਦਣ ਉਹ ਆਪਣੀ ਦਿੱਤੀ ਅਮਾਨਤ ਵਾਪਸ ਲੈ ਲੈਂਦਾ ਨਾ ਤਾਂ ਸਾਹਿਬ ਕਹਿੰਦੇ ਅਗਿਆਨੀ ਮਨ ਰੋਸ ਕਰੇ, ਗਿਆਨੀ ਨਹੀਂ ਕਰਦਾ। ਔਰ ਗਿਆਨੀ ਦਾ ਮਤਲਬ ਕਿਤਾਬਾਂ ਪੜ੍ਹ ਕੇ ਗਿਆਨੀ ਬਣਿਆ ਨਹੀਂ, ਆਤਮਕ ਤੌਰ 'ਤੇ ਜਿਹੜਾ ਗਿਆਨੀ ਹੋ ਗਿਆ ਜਿਹਨੂੰ ਉਹ ਗਿਆਨ ਆ ਗਿਆ ਵੀ ਇਹ ਅਮਾਨਤ ਹੈ ਉਹਦੀ, ਕਹਿੰਦੇ ਉਹ ਨਹੀਂ ਕਰਦਾ ਰੋਸ, ਲੇਕਿਨ ਅਗਿਆਨੀ ਜਿਹੜਾ ਉਹ ਰੋਸ ਕਰਦਾ ਵੀ ਇਹਨੇ ਮੇਰੇ ਤੋਂ ਵਾਪਸ ਲੈ ਲਿਆ। ਔਰ ਮਹਾਰਾਜ ਕਹਿੰਦੇ ਫਿਰ ਆਉਂਦਾ ਜੀ ਇਹ ਤਾਂ ਇਸ ਤਰ੍ਹਾਂ, ਸਾਹਿਬ ਕਹਿੰਦੇ ਆਪਣੀ ਪ੍ਰਤੀਤ ਆਪ ਹੀ ਹੋਵੇ ਬਹੁਤ ਉਸਕਾਰ ਵਿਸ਼ਵਾਸ ਨਾ ਹੋਵੇ, ਜਿਸ ਕੀ ਵਸਤ ਤਿਸ ਆਗੇ ਰੱਖੈ ਪ੍ਰਭ ਕੀ ਆਗਿਆ ਮਾਨੇ ਮਾਥੈ ਉਸ ਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆ। ਭਾਈ ਦੀਵਾ ਜੀ ਕਹਿੰਦੇ ਵੀ ਇਹ ਸਰੀਰ ਇਹ ਤਨ ਇਹ ਉਸ ਦਾਤੇ ਦੀ ਉਸ ਸਾਹਿਬ ਦੀ ਅਮਾਨਤ ਹੈ ਉਸ ਮਾਲਕ ਦੀ, ਤੇ ਜੇ ਉਹਨੇ ਦਿੱਤਾ ਉਦਣ ਤੇ ਖੁਸ਼ ਹੋਏ ਜਨਮੇ ਕੋ ਵਾਜੇ ਵਧਾਏ ਸੋਝੜੇ ਅਗਿਆਨੀ ਗਾਏ ਜੋ ਜਨਮੈ ਤੇ ਸਰ ਪਰ ਮਰਨਾ, ਕਹਿੰਦੇ ਲੇਕਿਨ ਭੁੱਲ ਗਿਆ ਜਿਹਦਾ ਅੱਜ ਜਨਮ ਹੋਇਆ ਇਹਨੇ ਕੱਲ ਨੂੰ ਮਰਨਾ ਵੀ। ਕਹਿੰਦੇ ਜੇ ਤੁਸੀਂ ਪਰਮੇਸ਼ਰ ਦੀ ਦਿੱਤੀ ਅਮਾਨਤ ਉਹਨੂੰ ਵਾਪਸ ਮੋੜਨ ਲੱਗਿਆਂ, ਅਜੇ ਉਹ ਤਾਂ ਕੋਈ ਵਿਆਜ ਵੀ ਨਹੀਂ ਮੰਗਦਾ, ਉਹਨੇ ਤਾਂ ਜਿੰਨਾ ਚਿਰ ਦਿੱਤੀ ਵਰਤਣ ਵਾਸਤੇ ਵਰਤੀ ਔਰ ਬਿਲਕੁਲ ਮੁਫ਼ਤ ਵਰਤੀ, ਕੋਈ ਉਹਦਾ ਉਹਨੇ ਬਿੱਲ ਨਹੀਂ ਭੇਜਿਆ। ਜੇ ਉਹਨੂੰ ਵਾਪਸ ਕਰਨ ਲੱਗਿਆ ਤੁਸੀਂ ਇੰਨਾ ਰੋਂਦੇ ਹੋ, ਕਰਲਾਉਂਦੇ ਹੋ, ਦੁਖੀ ਹੁੰਦੇ ਹੋ, ਤੇ ਭਾਈ ਅਸੀਂ ਤਾਂ ਇਨਸਾਨ ਹਾਂ, ਸਾਡਾ ਧਨ ਵਾਪਸ ਜੀ ਕਿੱਥੋਂ ਤੁਸੀਂ ਕਰ ਦਿਓਗੇ ਜੇ ਰੱਬ ਨੂੰ ਤੁਸੀਂ ਡਾਹ ਦਵਾਲਦੀ ਹੈ। ਜੇ ਪਰਮੇਸ਼ਰ ਨੂੰ ਦੇਣ ਲੱਗਿਆ ਤੁਸੀਂ ਇਹੋ ਜਿਹਾ ਵਿਹਾਰ ਕਰਦੇ ਹੋ ਤਾਂ ਕਹਿੰਦੇ ਸਾਨੂੰ ਕਿੱਥੋਂ ਦੇ ਦਿਓ, ਸਾਡੀ ਅਮਾਨਤ ਕਿੱਥੋਂ ਵਾਪਸ ਕਰ ਦਿਓ। ਇਸੇ ਕਰਕੇ ਕਹਿੰਦੇ ਇਹੋ ਜਿਹੇ ਬੰਦੇ ਨੂੰ ਨਹੀਂ ਦਿੱਤਾ ਜਾ ਸਕਦਾ ਜਿਹੜਾ ਰੱਬ ਦੇ ਤੇ ਰੱਬ ਅਮਾਨਤ ਦੇਵੇ ਤੇ ਉਹ ਵਾਪਸ ਲਵੇ ਤੇ ਉਹਨੂੰ ਦੇਣ ਲੱਗਿਆ ਐਸਾ ਕੁਝ ਕਰੇ। ਤਾਂ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਪਰਿਵਾਰ ਨੂੰ ਇਕੱਤਰ ਕਰਕੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਉਹ ਵਸੀਅਤ ਲਿਖੀ ਨਾ ਸਤ ਬਾਣੀ ਦੇ ਰੂਪ ਦੇ ਵਿੱਚ ਉਚਾਰੀ ਤੇ ਬਾਬੇ ਸੁੰਦਰ ਨੇ ਉਸ ਵਸੀਅਤ ਨੂੰ ਅੱਖਰਾਂ ਦਾ ਜਾਮਾ ਪਹਿਨਾਇਆ। ਉਹਦੇ ਵਿੱਚ ਪਹਿਲਾ ਵਚਨ ਹੀ ਹੈ ਆਖਿਆ ਭਾਈ ਇਹ ਭਾਣਾ ਹੈ ਉਸ ਮਾਲਕ ਦਾ, ਜੇ ਜਨਮ ਉਸ ਦਾ ਭਾਣਾ ਹੈ ਤਾਂ ਇਹ ਸੰਸਾਰ ਤੋਂ ਜਿੱਦਣ ਰੁਖਸਤ ਹੋਣਾ ਹੈ
ਕਿ ਸੰਸਾਰ ਤੋਂ ਜਾਣਾ ਵੀ ਉਸ ਦਾ ਪਾਣਾ ਹੈ। ਤੇ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ। ਕਹਿੰਦੇ ਅਸਲ ਵਿੱਚ ਭਗਤ ਉਹ ਅਖਵਾ ਸਕਦਾ, ਸਹੀ ਪੁਰਖ ਉਹ ਅਖਵਾ ਸਕਦਾ, ਰੱਬ ਦਾ ਪਿਆਰਾ ਉਹਨੂੰ ਆਖਿਆ ਜਾ ਸਕਦਾ ਜਿਹੜਾ ਉਹਦੇ ਹੁਕਮ ਦੇ ਵਿੱਚ ਚੱਲਦਾ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਕਹਿੰਦੇ ਜਿਹਨੂੰ ਉਸ ਮਾਲਕ ਦੀ ਆਗਿਆ ਆਗਿਆ ਆਵੈ ਆਗਿਆ ਜਾਏ, ਕਹਿੰਦੇ ਉਹਦੀ ਆਗਿਆ ਦੇ ਵਿੱਚ ਹੀ ਆਉਣਾ ਹੈ ਔਰ ਉਸਦੀ ਆਗਿਆ ਦੇ ਵਿੱਚ ਹੀ ਸੰਸਾਰ ਤੋਂ ਜਾਣਾ। ਮਹਾਰਾਜ ਨੇ ਤਾਂ ਕਰਕੇ ਕਹਿੰਦੇ ਜੀ ਜੇ ਰੋਣਾ ਨਹੀਂ, ਕਿਉਂਕਿ ਜਗਤ ਤਾਂ ਇਹੋ ਕੁਝ ਹੀ ਕਰਦਾ, ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੇ ਇਹ ਕਾਰਜ ਨਹੀਂ ਕਰਨਾ ਤਾਂ ਫਿਰ ਇਹਦੀ ਥਾਂ 'ਤੇ ਕਰਨਾ ਕੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਉਹ ਵੀ ਦੱਸਿਆ ਵੀ ਜੇ ਤੁਸੀਂ ਇਹ ਨਹੀਂ ਕਰਨਾ ਗੁਰਮਤਿ 'ਤੇ ਚੱਲਣਾ ਤਾਂ ਫਿਰ ਕਰਨਾ ਕੀ ਹੈ। ਉਹ ਮਹਾਰਾਜ ਬਚਨ ਕਹਿੰਦੇ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ। ਕਹਿੰਦੇ ਉਸ ਮਾਲਕ ਦੀ ਕੀਮਤੀ, ਉਹਦੀ ਵਡਿਆਈ, ਉਹਦੀ ਸ਼ੋਭਾ, ਉਹਦੇ ਗੁਣ ਗਾਉਣੇ ਨੇ, ਕਿਉਂਕਿ ਜਦੋਂ ਅਸੀਂ ਉਹਦੇ ਗੁਣ ਗਾਉਂਦੇ ਹਾਂ, ਉਸਦੀ ਵਡਿਆਈ ਕਰਦੇ ਹਾਂ, ਉਹਦੀ ਬਾਣੀ ਨਾਲ ਜੁੜਦੇ ਹਾਂ, ਤਾਂ ਗੁਰੂ ਦੀ ਬਾਣੀ ਸਾਨੂੰ ਅੰਦਰੋਂ ਆਸਰਾ ਦਿੰਦੀ। ਸਾਡਾ ਮਨ, ਕਿਉਂਕਿ ਇਨਸਾਨ ਆ ਮਨੁੱਖ ਆ, ਕਿਉਂ ਸਤ ਸੰਗਤ ਦੀ ਬਾਤ ਵਾਰ ਵਾਰ ਕਹੀ, ਬਾਣੀ ਨੂੰ ਪੜ੍ਹਨ ਵਾਸਤੇ ਵਾਰ ਵਾਰ ਆਖਿਆ। ਮਹਾਰਾਜ ਕਹਿੰਦੇ ਸਾਰਾ ਦਿਨ ਜਗਤ ਵਿੱਚ ਫਿਰਦਾ ਹੈ, ਰੋਜ਼ੀ ਰੋਟੀ ਦੇ ਕਾਰਜ ਵਿੱਚ ਅਨੇਕਾਂ ਇਹੋ ਜਿਹੇ ਲੋਕਾਂ ਨਾਲ ਮਿਲਦਾ ਹੈ ਜਿਹਦੇ ਵਿੱਚ ਚੜ੍ਹਦੀ ਕਲਾ ਵਾਲੇ ਵੀ ਮਿਲਦੇ ਆ, ਢਹਿੰਦੀ ਕਲਾ ਵਾਲੇ ਵੀ ਮਿਲਦੇ ਆ, ਮਾੜੇ ਵੀ ਮਿਲਦੇ ਆ, ਚੰਗੇ ਵੀ ਮਿਲਦੇ ਆ। ਉਹ ਸਭ ਕੁਝ ਦੇ ਮਿਲਵੇਂ ਪ੍ਰਭਾਵ ਕਰਕੇ ਕਈ ਵਾਰੀ ਜੀਵਨ ਵਿੱਚ ਕੋਈ ਨਾ ਕੋਈ ਮੈਲ ਚੜ੍ਹਦੀ। ਫਿਰ ਜਿਵੇਂ ਅਸੀਂ ਸਰੀਰਕ ਤੌਰ 'ਤੇ ਇਸ਼ਨਾਨ ਕਰਦੇ ਹਾਂ, ਸਾਰੇ ਦਿਨ ਦਾ ਧੂੜ ਮਿੱਟੀ ਆਪਣੇ ਤਨ ਤੋਂ ਲਾਉਂਦੇ ਹਾਂ, ਤਰੋ ਤਾਜ਼ਾ ਹੋ ਜਾਂਦੇ ਹਾਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮਨ ਵੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਫਿਰ ਤਰੋ ਤਾਜ਼ਾ ਹੁੰਦਾ। ਇਹਦੀ ਵੀ ਉਹ ਵਿਕਾਰਾਂ ਦੀ ਮੈਲ ਰਹਿੰਦੀ ਹੈ, ਔਰ ਗੁਰੂ ਦੀ ਬਾਣੀ ਜੋ ਆਪ ਗੁਰੂ ਕਾ ਸ਼ਬਦ ਅਡੋਲ ਹੈ, ਉਹ ਸਾਨੂੰ ਅਡੋਲਤਾ ਬਖਸ਼ਦਾ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬੂਲ। ਕਿਉਂਕਿ ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਸਤਿਗੁਰਾਂ ਨੇ ਸਮੁੱਚੀ ਗੁਰਬਾਣੀ ਅੰਦਰ ਕਿਤੇ ਵੀ ਢਹਿੰਦੀ ਕਲਾ ਦੀ ਬਾਤ ਨਹੀਂ ਕੀਤੀ। ਮਹਾਰਾਜ ਨੇ ਹਰ ਵਕਤ ਚੜ੍ਹਦੀ ਕਲਾ ਦੀ ਗੱਲ ਕੀਤੀ, ਕਿਉਂਕਿ ਅਸੀਂ ਤਾਂ ਜਦੋਂ ਵੀ ਅਰਦਾਸ, ਭਾਵੇਂ ਜੀਵਨ ਵਿੱਚ ਜਿਹੜਾ ਕਿਸੇ ਦੀ ਆਮਦ ਤੇ ਜਨਮ ਦੀ ਹੋਵੇ ਚਾਹੇ ਮੌਤ ਦੀ ਹੋਵੇ, ਅਖੀਰ ਸਮਾਪਤੀ ਤਾਂ ਇੱਥੇ ਹੀ ਆ ਕੇ ਹੋਣੀ ਹੈ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਲ। ਕਿਉਂਕਿ ਸਤਿਗੁਰਾਂ ਨੇ ਚੜ੍ਹਦੀ ਕਲਾ ਦਾ ਜਿਹੜਾ ਸੰਕਲਪ ਹੈ ਉਹ ਦਿੱਤਾ ਹੈ ਗੁਰੂ ਪਾਤਸ਼ਾਹ ਮਹਾਰਾਜ ਨੇ, ਤਾਂ ਸਤਿਗੁਰੂ ਸਾਹਿਬ ਕਹਿੰਦੇ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਕਹਿੰਦੇ ਫਿਰ ਉਹ ਰੱਬ ਦੇ ਪਿਆਰੇ ਗੁਰਮੁਖ ਜਨ ਜਿਹੜੇ ਉਸ ਮਾਲਕ ਦੇ ਦਰ ਦੀ ਵਿਚਾਰ ਕਰਨ, ਗੁਰੂ ਦੇ ਸ਼ਬਦ ਨੂੰ ਸੁਣਨਾ, ਗੁਰੂ ਦੇ ਸ਼ਬਦ ਨੂੰ ਪੜ੍ਹਨਾ। ਕਹਿੰਦੇ ਜਦੋਂ ਗੁਰੂ ਦੇ ਸ਼ਬਦ ਨਾਲ ਜੁੜੋਗੇ, ਕਿਉਂਕਿ ਜਦੋਂ ਵੀ ਕੋਈ ਸਰੀਰ ਚਲਾ ਜਾਂਦਾ ਅਸੀਂ ਸਮਾਜਿਕ ਤੌਰ 'ਤੇ ਇਕੱਤਰ ਹੁੰਦੇ ਹਾਂ, ਜਿਸ ਘਰ ਦੇ ਵਿੱਚ ਵੀ, ਜਿਸ ਪਰਿਵਾਰ ਦੇ ਵਿੱਚ ਵੀ ਇਹੋ ਜਿਹਾ ਕੁਝ ਵਾਪਰਦਾ, ਅਤੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਇਕੱਠੇ ਹੁੰਦੇ, ਵੇਖੋ ਉਹਨਾਂ ਦਾ ਜਿਹੜਾ ਸਾਥ ਹੈ ਨਾ, ਉਹ ਸਦੀਵੀ ਨਹੀਂ ਹੈ। ਕੋਈ ਬਾਹਲੀ ਨੇੜਤਾ ਵਾਲਾ ਹੋਏਗਾ ਤੇ 4 ਦਿਨ ਰੁਕ ਜਾਏਗਾ, ਅੱਬਲ ਤਾਂ ਪਹਿਲੀ ਗੱਲ ਘੰਟਿਆਂ ਦੇ ਵਿੱਚ ਹੈ, ਹੱਦ ਕੋਈ ਇੱਕ ਦਿਨ ਹੈ, ਬਹੁਤ ਜ਼ਿਆਦਾ ਕੋਈ ਨਜ਼ਦੀਕੀ ਹੋਵੇ ਤੇ ਉਹ 2 ਦਿਨ 3 ਦਿਨ ਸ਼ਾਇਦ ਰੁਕ ਜਾਏ। ਪਰ ਸਦਾ ਦਾ ਜਿਹੜਾ ਸਹਾਰਾ ਹੈ ਨਾ, ਉਹ ਤਾਂ ਗੁਰੂ ਦੇ ਸ਼ਬਦ ਦਾ ਹੀ ਹੈ। ਪਰ ਜਦੋਂ ਇਹਦੇ ਨਾਲ ਜੀਵਨ ਜੁੜਦਾ, ਮਹਾਰਾਜ ਕਹਿੰਦੇ ਜਿਉਂ ਮੰਦਰ ਕੋ ਥੰਮ ਹੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮ। ਕਹਿੰਦੇ ਇਸ ਤਰ੍ਹਾਂ ਗੁਰੂ ਦਾ ਸ਼ਬਦ ਇਸ ਮਨ ਨੂੰ ਥੰਮਦਾ ਹੈ।
ਇਸ ਤਰ੍ਹਾਂ ਗੁਰੂ ਦਾ ਸ਼ਬਦ ਇਸ ਮਨ ਦਾ ਸਹਾਰਾ ਬਣਦਾ ਹੈ। ਕਹਿੰਦੇ ਜਦੋਂ ਤੂੰ ਗੁਰੂ ਦੇ ਸ਼ਬਦ ਨਾਲ ਜੁੜੇਗਾ ਤਾਂ ਇਹ ਗੁਰੂ ਦਾ ਸ਼ਬਦ ਤੇਰੇ ਮਨ ਦਾ ਸਹਾਰਾ ਬਣੇਗਾ ਔਰ ਤੇਰੇ ਮਨ ਨੂੰ ਉਸ ਢਿੰਡੀ ਕਲਾ ਦੇ ਵਿੱਚੋਂ ਕੱਢ ਕੇ ਚੜ੍ਹਦੀ ਕਲਾ ਦੀ ਦਾਤ ਬਖਸ਼ੇਗਾ। ਜਾਣਾ ਸੰਸਾਰ ਤੋਂ ਸਾਰਿਆ ਨਹੀਂ ਹੈ, ਜਿਵੇਂ ਸਾਡੇ ਵਿੱਚੋਂ ਸਤਿਕਾਰਯੋਗ ਸਰਦਾਰ ਬਲਵੰਤ ਸਿੰਘ ਜੀ, ਜਿਨ੍ਹੀ ਮਾਲਕ ਨੇ ਸਵਾਸਾਂ ਦੀ ਪੂੰਜੀ ਬਖਸ਼ੀ, ਜਿੰਨਾ ਸਮਾਂ ਉਸ ਮਾਲਕ ਨੇ ਦਿੱਤਾ ਉਸਨੂੰ ਭੋਗਦਿਆਂ ਵਿਦੇਸ਼ ਦੀ ਧਰਤੀ 'ਤੇ, ਕਿਉਂਕਿ ਜਿੱਥੇ ਵੀ ਅੰਤਲਾ ਸਮਾਂ ਅਖੀਰਲਾ ਸਵਾਸ ਲੈਣਾ ਉਹ ਵੀ ਨਿਸ਼ਚਿਤ ਹੈ, ਉੱਥੇ ਉਹਨਾਂ ਨੇ ਅਖੀਰਲਾ ਸਵਾਸ ਲਿਆ ਔਰ ਮਾਲਕ ਦੇ ਹੁਕਮ ਅਨੁਸਾਰ ਜੋ ਪਰਿਵਾਰ ਉਹਨਾਂ ਦੀ ਆਤਮਿਕ ਸ਼ਾਂਤੀ, ਰੂਹ ਕਲਿਆਣਤਾ ਔਰ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਸ਼ਬਦ ਦਾ ਕੋਟ ਆਸਰਾ ਲੈ ਕਰਕੇ ਅੱਜ ਦੇ ਗੁਰੂ ਚਰਨਾਂ ਵਿੱਚ ਜੁੜ ਕੇ ਅਰਦਾਸ ਬੇਨਤੀ ਕਰਨ ਵਾਸਤੇ ਆਪ ਸੰਗਤ ਰੂਪ ਵਿੱਚ ਇਕੱਤਰ ਹੋਏ ਹੋ, ਤੋ ਆਪ ਸਭਨਾਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ, ਜਿੱਥੇ ਮਾਲਕ ਉਸ ਵਿਛੜੀ ਆਤਮਾ ਨੂੰ ਸਦੀਪ ਕਾਲ ਲਈ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣ। ਉੱਥੇ ਪਿੱਛੇ ਜਿਤਨੀ ਵੀ ਉਹਨਾਂ ਦੀ ਫੁਲਵਾੜੀ, ਧੀਆਂ ਪੁੱਤਰ, ਭੈਣ ਭਰਾ, ਰਿਸ਼ਤੇਦਾਰ, ਸਾਕ ਸੰਬੰਧੀ ਨੇ, ਸਭਨਾਂ ਨੂੰ ਮਾਲਕ ਆਪਣੇ ਸ਼ਬਦ ਦਾ ਕੋਟ ਆਸਰਾ ਦੇ ਕੇ ਰਜ਼ਾ ਅੰਦਰ ਭਾਣੇ ਅੰਦਰ ਰਾਜੀ ਰਹਿਣ ਦੀ ਬਲ ਬੋ ਤਾਕਤ ਬਖਸ਼ਿਸ਼ ਕਰਨ। ਆਓ ਹੁਣ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ, ਉਹ ਆਪ ਸੰਗਤਾਂ ਦੇ ਵਿੱਚ ਪਹੁੰਚ ਚੁੱਕੇ ਨੇ, ਉਹਨਾਂ ਨੇ ਆਪ ਜੀ ਨੂੰ ਹੁਣ ਦਿਲਾਂ ਦੀ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕਰਨਾ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਸਾਰੇ ਪਾਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Amen.
Ah.
Thank you.
ਸਰੀਰ ਦੇ ਤਲ ਤੇ ਰਜ਼ਾ ਚ ਰਹਿਣਾ ਹੈ, ਹੁਕਮ ਰਜ਼ਾਈ ਚੱਲਣਾ। ਸੋ ਸਿੱਖ ਸਖਾ ਬੰਦ ਪਹਿ ਭਾਈ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜਿਹਨੂੰ ਅਸੀਂ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ। ਗੁਰੂ ਦੀ ਰਜ਼ਾ ਚ ਤੁਰਨਾ, ਜੋ ਗੁਰੂ ਕਰ ਰਿਹਾ ਉਹਨੂੰ ਮੰਨਣਾ, ਔਰ ਜੋ ਗੁਰੂ ਕਹਿ ਰਿਹਾ ਉਹਨੂੰ ਕਮਾਉਣਾ। ਤਨ ਕਰਕੇ ਤੇ ਮਨ ਕਰਕੇ ਅਸੀਂ ਦੌੜ ਨਹੀਂ ਸਕਦੇ ਕਿ ਅੰਮ੍ਰਿਤ ਦੀ ਲੋੜ ਨਹੀਂ, ਅੰਮ੍ਰਿਤ ਵੇਲੇ ਦੀ ਲੋੜ ਨਹੀਂ ਜੀ, ਮਨ ਸੱਚਾ ਹੋਣਾ ਚਾਹੀਦਾ। ਸਭ ਬੇਈਮਾਨੀਆਂ ਨੇ। ਮਹਾਰਾਜ ਜੀ ਕਹਿੰਦੇ ਅੰਦਰੂਨੀ ਤੌਰ 'ਤੇ ਵੀ ਤੈਨੂੰ ਬਾਣੀ ਪੜ੍ਹਨੀ ਪੈਣੀ, ਬਾਹਰੋਂ ਵੀ ਤੈਨੂੰ ਪੰਜ ਕਕਾਰੀ ਹੋਣਾ ਪੈਣਾ ਹੈ, ਔਰ ਉਹਦੇ ਭਾਣੇ ਵਿੱਚ ਵੀ ਤੈਨੂੰ ਚੱਲਣਾ ਪੈਣਾ ਹੈ। ਉਹਦੇ ਭਾਣੇ 'ਚ ਚੱਲਣਾ ਤੇਰਾ ਫਰਜ਼ ਹੈ, ਨਾ ਕਿ ਤੂੰ ਕਹਿ ਕਿ ਪਰਮੇਸ਼ਰ ਮੇਰੇ ਭਾਣੇ 'ਚ ਚੱਲੇ। ਨਹੀਂ, ਉਹਦੀ ਰਜ਼ਾ ਹੀ ਤੇਰੇ ਲਈ ਸਾਰਾ ਕੁਝ ਹੈ। ਇਸ ਲਈ ਉਹਦੀ ਰਜ਼ਾ 'ਚ ਹੀ ਸੁੱਖ ਨੇ, ਅਤੇ ਜਿਹੜੇ ਰਜ਼ਾ 'ਚ ਤੁਰ ਪੈਂਦੇ ਨੇ ਫਿਰ ਕੋਈ ਘਟਨਾ ਵਾਪਰ ਜਾਏ ਕਹਿ ਦਿੰਦੇ ਨੇ ਉਹਦੀ ਰਜ਼ਾ ਹੈ। ਜੇ ਕੁਝ ਮਿਲਿਆ ਹੈ ਤਾਂ ਉਹਦਾ ਸ਼ੁਕਰਾਨਾ, ਉਹਦੀ ਖੁਸ਼ੀ ਹੈ। ਇਸੇ ਲਈ ਸਿੱਖ ਬਹੁਤੀ ਗਮੀ ਆ ਜਾਏ ਤਾਂ ਕਦੇ ਕੌਮਾਂ 'ਚ ਨਹੀਂ ਜਾਂਦਾ, ਅਤੇ ਬਹੁਤੀ ਖੁਸ਼ੀ ਆ ਜਾਏ ਤਾਂ ਲੋਕਾਂ ਦੀ ਤਰ੍ਹਾਂ ਨੱਚ ਟੱਪ ਕੇ ਹਾਰਟ ਅਟੈਕ ਦਾ ਸ਼ਿਕਾਰ ਨਹੀਂ ਹੁੰਦਾ। ਉਹ ਦੋਵਾਂ ਚੀਜ਼ਾਂ ਤੋਂ ਬਚ ਕੇ ਰਹਿੰਦਾ, ਬਹੁਤੀ ਖੁਸ਼ੀ ਤੋਂ ਵੀ ਅਤੇ ਬਹੁਤੀ ਗਮੀ ਤੋਂ। ਇਹ ਹੈ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਅਤੇ ਭਾਣੇ ਦੇ ਅੰਦਰ ਹੀ ਫਿਰ ਸਤਿਗੁਰ ਜੀ ਦਾ ਤੀਜਾ ਵਚਨ ਹੈ। ਮਹਾਰਾਜ ਜੀ ਕਹਿੰਦੇ ਪ੍ਰਾਣੀ ਇੱਕੋ ਨਾਮ ਧਿਆ, ਇੱਕ ਸਾਈ ਦਾ ਸਿਮਰਨ ਕਰ। ਜਿੱਦਣ ਮਾਂ ਦੇ ਪੇਟ ਵਿੱਚ ਸਾਂ ਉਦਣ ਵੀ ਸਿਮਰਨ ਸੀ, ਉਹਦੇ ਕਰਕੇ ਜ਼ਿੰਦਗੀ ਤੇਰੀ ਚੱਲ ਰਹੀ। ਅੱਜ ਵੀ ਪਰਮੇਸ਼ਰ ਕਰਕੇ ਤੂੰ ਚੱਲ ਰਿਹਾ। ਜਿੱਦਣ ਚਾਰ ਭਰਾ ਬੜੀਆਂ 'ਚ ਸ਼ਮਸ਼ਾਨ ਘਾਟ 'ਚ ਸੰਸਕਾਰ ਕਰਕੇ ਵਾਪਸ ਆ ਗਏ, ਕਿਸੇ ਨਾਲ ਨਹੀਂ ਉਹ ਜਾਣਾ। ਆ ਜੋ ਕੁਝ ਇਕੱਠਾ ਕਰੀ ਫਿਰਦਾ ਹੈ ਨਾ, ਇਹ ਤਾਂ ਇੱਥੇ ਪੰਡਾਂ ਬੱਚੀਆਂ ਰਹਿ ਜਾਣੀਆਂ। ਸੱਚਾਈ ਇਹ, ਤੂੰ ਇਹਨੂੰ ਸੱਤ ਕਰਕੇ ਮੰਨੀ ਚੱਲ, ਤੇ ਪਰਮੇਸ਼ਰ ਤੋਂ ਤੂੰ ਪਿੱਠ ਕਰੀ ਬੈਠਾ ਹੈ। ਜਿੱਤ ਦਿਨ ਦੇਹੇ ਬਿਨ ਸੀਤ ਤਵੇਲੇ ਕਹਿ ਸੰ ਪ੍ਰੇਤ, ਪਕੜ ਚਲਾਈ ਨੂਤ ਜਪ ਕਿਸੇ ਨਾ ਦੇਣੀ ਭੇਤ, ਛੱਡ ਖੜੋਤੈ ਕਿਨੇ ਮਾਹੇ ਜਿਨਸੋ ਲੱਗਾ ਖੇਤ। ਤੂੰ ਕਹਿੰਦਾ ਕਾਰੋਬਾਰ ਪਰਿਵਾਰ ਸੰਸਾਰ ਹੀ ਮੇਰੇ ਲਈ ਸਭ ਕੁਝ ਹੈ, ਪਰ ਚੇਤੇ ਰੱਖੀ ਇਹਨਾਂ ਲੋਕਾਂ ਨੇ ਤੈਨੂੰ ਚੁੱਕ ਕੇ ਕਹਿਣਾ ਵਾਹਿਗੁਰੂ ਸੱਤ ਹੈ, ਤੂੰ ਸੱਤ ਹੈ। ਉਹੀ ਸੱਤ ਹੈ, ਉਹਨੇ ਨਾਲ ਨਿਭਣਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ, ਉੱਥੇ ਨਾਮ ਹੀ ਨਾਲ ਜਾਣਾ। ਇਸੇ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਦੇ ਪੜ੍ਹੋ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਨਾਮ ਦੀ ਵਡਿਆਈ, ਨਾਮ ਦੀ ਮੰਗ ਅਤੇ ਨਾਮ ਜਪਣ ਦੀ ਪ੍ਰਿਆ। ਗੁਰੂ ਸਾਹਿਬਾਨਾਂ ਨੂੰ ਪੜ੍ਹੋ, 10 ਗੁਰੂ ਸਾਹਿਬਾਨ ਨਾਮ ਜਪਦੇ ਨੇ, ਨਾਮ ਦ੍ਰਿੜ ਕਰਾਉਂਦੇ ਨੇ, ਅਤੇ ਨਾਮ ਜਪਣ ਦੀ ਪ੍ਰੇਰਨਾ ਅਤੇ ਨਾਮ ਦੀ ਮੰਗ ਕਰਦੇ ਨੇ। ਗੁਰੂ ਪੰਥ ਨੂੰ ਪੜ੍ਹੋ, ਬਾਬਾ ਬੰਦਾ ਸਿੰਘ ਜੀ ਬਹਾਦਰ 1708 ਤੋਂ ਲੈ ਕੇ ਕਰੀਬਨ 1920 ਤੱਕ ਦਾ ਸਮਾਂ ਸਿੱਖ ਘੋੜਿਆਂ ਦੀਆਂ ਕਾਠੀਆਂ 'ਤੇ ਵੀ ਰਿਹਾ, ਢਿੱਡੋਂ ਭੁੱਖਾ ਅਤੇ ਪੈਰੋਂ ਲੱਗਾ, ਪਰ ਗੁਰੂ ਪੰਥ ਨੂੰ ਨਾਮ ਨਹੀਂ ਵਿਸਰਿਆ।
ਜੇ ਕਿਤੇ ਸਿੱਖ ਰਾਜ ਭਾਗ ਤੇ ਬੈਠਾ ਬਾਦਸ਼ਾਹ ਬਣਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਜੱਸਾ ਸਿੰਘ ਜੀ ਆਲੂ ਵਾਲੀਏ ਸਰਦਾਰ ਨਵਾਬ ਕਪੂਰ ਸਿੰਘ ਜੀ ਵਰਗੇ ਸ਼ੇਰੇ ਪੰਜਾਬ ਵਰਗੇ ਉੱਥੇ ਵੀ ਸਿੱਖਾਂ ਨੂੰ ਨਾਮ ਨਹੀਂ ਵਿਸਰਿਆ। 1920 ਤੋਂ ਬਾਅਦ ਜੇ ਕਿਤੇ ਸਿੱਖਾਂ ਦੀ ਨੁਮਾਇਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਆਈ ਉਸ ਸ਼੍ਰੋਮਣੀ ਕਮੇਟੀ ਨੇ ਇੱਕ ਗੁਰਮਤ ਦਾ ਖਰੜਾ ਤਿਆਰ ਕੀਤਾ ਜਿਹਨੂੰ ਤੁਸੀਂ ਰਹਿਤ ਮਰਿਆਦਾ ਕਹਿੰਦੇ। ਵੱਖਰੀ ਗੱਲ, ਅੱਜ ਸਾਡੀ ਸ਼੍ਰੋਮਣੀ ਕਮੇਟੀ ਵੀ ਸਿਆਸੀ ਟੱਬਰ ਦੀ ਭੇਟ ਚੜ ਗਈ, ਬੇੜਾ ਗਰਕ ਹੋ ਗਿਆ ਸਾਡੇ ਘਰ ਦਾ, ਨਾ ਸਾਡੇ ਘਰ ਦੇ ਵਿੱਚ ਸਿੱਖ ਰਹਿਤ ਮਰਿਆਦਾ ਰਹੀ। ਅੱਜ ਜਿੰਨੇ ਬੈਠੇ ਆ ਕਦੇ ਪੜ੍ਹੀ ਕਿਸੇ ਨੇ? ਘਰਾਂ 'ਚ ਹੈਗੀ ਸਾਡੇ, ਪਰ ਅਸੀਂ 10,000 ਦੇ ਬੂਟ ਰੱਖ ਸਕਦੇ ਹਾਂ ਵਿਖਾਉਣ ਨੂੰ ਲੋਕਾਂ ਨੂੰ ਕਿ ਬੜੇ ਕੀਮਤੀ ਪਾਉਣ, ਕੱਪੜੇ ਬੜੇ ਕੀਮਤੀ, ਕਿਤਾਬਾਂ ਕਿੰਨੀਆਂ, ਅਭੀ 25 ਪੰਨਿਆਂ ਦੀ ਹੋਣੀ, ਉਹ ਕਿੱਡੀ ਕੁ ਰਹਿਤ ਮਰਿਆਦਾ ਹੈ ਦੱਸੋ? ਉਹ ਵੀ ਸਾਡੇ ਕੋਲ ਪੜ੍ਹਨ ਲਈ ਸਮਾਂ ਪੈ ਨਹੀਂ। ਨਾ ਤਾਂ ਸ਼੍ਰੋਮਣੀ ਕਮੇਟੀ ਰਹੀ ਅਤੇ ਨਾ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਹੋਈ ਰਹਿਤ ਮਰਿਆਦਾ ਰਹੀ। ਬਕਾਇਦਾ ਉਹਦੇ ਵਿੱਚ ਲਿਖਿਆ ਹੋਇਆ ਹੈ, ਸਿੱਖਾਂ ਤੇਰੇ ਘਰ ਬੱਚਾ ਜੰਮੇ ਜਾਂ ਬੱਚੀ, ਇਹਨੂੰ ਕਿਤੇ ਰਸਮ ਨਾ ਬਣਾ ਲਿਓ ਕਿ ਭੋਗ ਰਸਮ ਹੈ ਸਾਡੀ ਬਾਕੀਆਂ ਦੀ ਤਰ੍ਹਾਂ। ਨਹੀਂ, ਬਾਕੀ ਰਸਮਾਂ ਕਰਦੇ ਹੋਣਗੇ, ਸਿੱਖ ਰਸਮੀ ਜ਼ਿੰਦਗੀ ਨਹੀਂ ਜਿਉਂਦੇ, ਸਿੱਖ ਅਨੁਭਵੀ ਜ਼ਿੰਦਗੀ ਜਿਉਂਦੇ। ਉਹਦੀ ਜ਼ਿੰਦਗੀ ਦਾ ਕੋਈ ਮਕਸਦ ਹੈ, ਮਰਿਆਦਾ ਹੈ, ਡਿਸਿਪਲਨ ਹੈ। ਸਾਡੇ ਘਰ 'ਚ ਬੱਚਾ ਜੰਮੇ ਜਾਂ ਬੱਚੀ, ਕਹਿੰਦੇ ਜੰਮਦਿਆਂ ਨੂੰ ਗੁੜਤੀ ਨਾਮ ਦੀ ਦਿਓ, ਤੁਹਾਡੀ ਰਹਿਤ ਮਰਿਆਦਾ 'ਚ ਲਿਖਿਆ ਹੋਇਆ। ਚੇਤਨ ਤਾਂ ਜਾਗੀ ਜਪਜੀ ਸਾਹਿਬ ਚੇਤੇ ਕਰਾਓ। ਜੇ ਕਿਤੇ ਆਨੰਦ ਕਾਰਜ ਦੀ ਗੱਲ ਆਈ, ਕਹਿੰਦੇ ਕਿਸੇ ਬਾਹਮਣ ਨੂੰ ਪੁੱਛਣ ਦੀ ਲੋੜ ਨਹੀਂ, ਆਚਾਰ ਪਰਿਕਰਮਾ ਵੀ ਗੁਰਬਾਣੀ ਨਾਲ ਕਰਨੀਆਂ, ਜ਼ਿੰਦਗੀ ਵੀ ਗੁਰਬਾਣੀ ਬਣਾਉਣੀ। ਸਤਿਗੁਰਾਂ ਦੀ ਬਾਣੀ ਤੋਂ ਬਿਨਾਂ ਕੋਈ ਦੂਜੀ ਗੱਲ ਨਹੀਂ। ਕੋਈ ਚੜ੍ਹਾਈ ਕਰ ਗਿਆ, ਕਹਿੰਦੇ ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ। ਤੁਹਾਡੀ ਰਹਿਤ ਸਿੱਖ ਡਿਸਿਪਲਨ ਲਾਏ ਕਹਿੰਦਾ, ਇੱਥੇ ਵੀ ਬਾਣੀ ਪੜ੍ਹਨੀ। ਪਰ ਜਦੋਂ ਦੀ ਸਾਡੇ ਘਰ 'ਚੋਂ ਗੁਰਮੁਖੋਂ ਰਹਿਤ ਮਰਿਆਦਾ ਗਈ, ਰਹਿਤ ਮਰਿਆਦਾ ਬਣਾਉਣ ਵਾਲੀ ਜਥੇਬੰਦੀ ਗਈ, ਗੁਰਦੁਆਰੇ ਸਾਡੇ ਸਿਸਟਮ 'ਚੋਂ ਨਿਕਲ ਗਏ ਅਤੇ ਅੱਜ ਉਹ ਕਮਾਈ ਦਾ ਸਾਧਨ ਬਣ ਕੇ ਰਹਿ ਗਏ। ਮੇਰੇ ਵਰਗੇ ਲਈ ਰੋਜ਼ੀ ਰੋਟੀ ਰਹਿ ਗਿਆ ਕੀਰਤਨ, ਅਤੇ ਆਪਾਂ ਬਹੁਤਿਆਂ ਨੇ ਇਹਨੂੰ ਰਸਮ ਬਣਾ ਲਿਆ ਕਿ ਕਿਸੇ ਜਨਮ ਮਰਨ 'ਤੇ ਕੀਰਤਨ ਕਰਾਉਣ। ਇਹ ਸਾਡੀ ਹਾਲਤ ਬਣ ਗਈ। ਅੱਜ ਜਦੋਂ ਝਾਤੀ ਮਾਰਦੇ ਹਾਂ, ਜਨਮ ਜਿਹੜਾ ਸੀ ਹੈਪੀ ਬਰਥਡੇ ਟੂ ਜੂ 'ਚ ਚਲਿਆ ਗਿਆ ਈਸਾਈਅਤ ਵਾਲੇ ਪਾਸੇ, ਆਨੰਦ ਕਾਰਜ ਜਿਹੜਾ ਸੀ ਉਹ ਵੀ ਹੋਰ ਪਾਸੇ ਨੂੰ ਚਲਿਆ ਗਿਆ, ਪੱਤਰੀਆਂ ਖੁੱਲ੍ਹਦੀਆਂ। ਜੇ ਕੋਈ ਚੜ੍ਹਾਈ ਕਰ ਜਾਏ ਮੈਨੂੰ ਖਿਮਾ ਕਰਦੇ ਆ, ਜੇ ਉਹ ਤਰ੍ਹਾਂ ਭਾਈ ਜੀ ਨੂੰ ਅਸੀਂ ਤਨਖਾਹ ਨਹੀਂ ਦਿੰਦੇ, ਗਿਆਨੀ ਰੋਲ ਕੇ ਰੱਖੇ ਹੋਏ, ਪਰ ਮਰਨ 'ਤੇ ਬਿਸਤਰਾ ਜ਼ਰੂਰ ਦਿੰਦੇ, ਭਾਂਡੇ ਵੀ ਲਿਆ ਕੇ ਦਿੰਦੇ, ਸੂਟ ਵੀ ਦਿੰਦੇ। ਇਹ ਕੀ ਪੈਰ ਵੀ ਘੁਮਾਉਣੇ ਨੇ ਅਤੇ ਮਰਨ ਤੋਂ ਬਾਅਦ ਮੂੰਹ 'ਚ ਘਿਓ ਵੀ ਪਾਉਣਾ ਅਤੇ ਦੀਵਾ ਵੀ ਜਗਾਉਣਾ। ਇਹ ਸਾਰੀ ਮਨ ਮਤ ਗੁਰਮਤ ਹੈ ਨਹੀਂ। ਮਹਾਰਾਜ ਜੀ ਕਹਿੰਦੇ ਜੀ ਘਿਓ ਵੀ ਮੂੰਹ 'ਚ ਪਾਉਣਾ ਅਤੇ ਜਿਉਂਦੇ ਜੀ ਆਪਣੇ ਬਜ਼ੁਰਗਾਂ ਦੀ ਸੇਵਾ ਕਰੀ। ਪਰ ਅੱਜ ਹਾਲਤ ਇਹ ਹੈ, ਮੈਨੂੰ ਖਿਮਾ ਕਰਦੇ ਆ, ਜੇ ਸੱਚ ਹੈ ਕਈਆਂ ਨੂੰ ਕੌੜਾ ਬਹੁਤ ਲੱਗਦਾ। ਅੱਜ ਸਾਡੀ ਬਹੁਤਾਤ ਨੌਜਵਾਨੀ ਜਹਾਜੇ ਚੜ੍ਹ ਗਈ, ਉੱਥੇ ਜਵਾਨ ਰੁਲਦੇ ਪਏ ਨੇ, ਇੱਥੇ ਬਜ਼ੁਰਗ ਰੁਲਦੇ ਪਏ, ਅਤੇ ਜਦੋਂ ਚੜ੍ਹਾਈ ਕਰ ਗਏ ਉਦੋਂ ਫਿਰ ਫੁੱਲ ਲੈ ਕੇ ਚੁੱਕ ਕੇ ਤੁਰੇ ਫਿਰਦੇ ਨੇ ਬਜ਼ੁਰਗਾਂ ਨੂੰ ਸੱਚਖੰਡ ਪਹੁੰਚਾਉਣ। ਉਹ ਜਿਉਂਦੇ ਜੀ ਬਜ਼ੁਰਗਾਂ ਨੂੰ ਸੱਚਖੰਡ ਵਿਖਾ ਦਿਓ, ਮਰ ਕੇ ਕਿੰਨੇ ਵੇਖੋ। ਜਿਉਂਦੇ ਜੀ ਬਜ਼ੁਰਗਾਂ ਨੂੰ ਸੱਚਖੰਡ ਦਿਓ, ਘਰ 'ਚ ਬੈਠੋ ਪਰਿਵਾਰ ਸਮੇਤ, ਮਾਪੇ ਕੁਛ ਨਹੀਂ ਚਾਹੁੰਦੇ। ਜਦੋਂ ਪਿਓ ਦੇ ਲਾਗੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕਰਾਂਗੇ, ਉਸ ਪਿਓ ਨੂੰ ਕਿੰਨਾ ਕੁ ਸੱਚਖੰਡ ਮਿਲੂ, ਕਦੇ ਸੋਚੇ? ਮਾਂ ਦੇ ਕੋਲੇ ਬਹਿ ਕੇ ਸੁਖਮਨੀ ਸਾਹਿਬ ਪੜ੍ਹੋ, ਉਸ ਮਾਂ ਨੂੰ ਕਿੰਨਾ ਸਕੂਨ ਮਿਲੂ। ਪਰ ਅਸੀਂ ਸੱਚਖੰਡ ਖਰਾਬ ਕਰ ਲਿਆ, ਲੱਭਦੇ ਅੱਗੇ ਫਿਰਦੇ। ਇਸ ਲਈ ਇਹਨਾਂ ਨੂੰ ਰਸਮ ਨਾ ਬਣਾਈਏ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਆ ਭੋਗਾਂ ਦੇ ਉੱਤੋਂ ਸਿੱਖਣ ਦੀ ਜ਼ਰੂਰਤ ਹੈ। ਸਾਡੇ ਬਜ਼ੁਰਗਾਂ ਨੂੰ ਜਿਉਂਦੇ ਜੀ ਗੁਰੂ ਨੇ ਸੱਚਖੰਡ ਦਿੱਤਾ ਹੋਇਆ, ਮਰ ਕੇ ਕਿੰਨੇ ਵੇਖੇ। ਇਸ ਲਈ ਬਜ਼ੁਰਗ ਸੰਭਾਲੀਏ, ਚਾਰ ਟੱਕਿਆਂ ਦੀ ਖਾਤਰ ਬਜ਼ੁਰਗ ਨਾ ਰੁਲ ਬੈਠੀਏ, ਜਵਾਨੀਆਂ ਵੀ ਨਾ ਰੁਲੀਏ, ਅਤੇ ਪੰਜਾਬ ਵੀ ਨਾ ਵੀ ਆਪਾਂ ਖਾਲੀ ਕਰ ਦਈਏ। ਇਹ ਸਾਰੀਆਂ ਗੱਲਾਂ ਦੇ ਹੱਲ ਲੱਭਣੇ ਜ਼ਰੂਰੀ ਨੇ। ਘਰ 'ਚ ਸੱਪ ਵੜ ਜਾਏ ਕੱਢ ਕੇ ਮਾਰ ਲੈਣਾ ਚਾਹੀਦਾ, ਪਰ ਘਰ ਛੱਡ ਕੇ ਨਹੀਂ ਕਦੇ ਭੱਜ ਜਾਣਾ ਚਾਹੀਦਾ, ਉਹ ਹੱਲ ਨਹੀਂ ਹੈ। ਵਾਰ ਵਾਰ ਬੇਨਤੀਆਂ ਕਰਦਾ ਹੈ, ਗੁਰੂ ਘਰ ਦਾ ਕੀਰਤਨੀਆ ਸਿੱਖ ਸਦਭਾਵਨਾ ਦਲ ਦਾ ਸੇਵਾਦਾਰ ਹੋਣ ਨਾਤੇ ਜਿਉਂ ਆਇਆ ਆਖਦਾ, ਧੰਨਵਾਦ ਕਿਸੇ ਦਾ ਨਹੀਂ, ਫਰਜ਼ ਆਪਣਾ ਸਾਰਿਆਂ ਦਾ ਬਣਦਾ ਹੈ। ਐਵੇਂ ਪਰਚੀ ਬਣਾ ਕੇ ਮਗਰੋਂ ਖਲੋ ਜਾਣਾ ਜੀ ਫਲਾਣੇ ਫਲਾਣੇ ਦਾ ਧੰਨਵਾਦ, ਕਾਹਦੇ ਲਈ?
ਇਹ ਕੋਈ ਆਪਾਂ ਕੋਈ ਹੋਰ ਕੰਮ ਕਰਨਾ ਹੈ? ਨਹੀਂ, ਇੱਥੇ ਤੇ ਅਰਦਾਸ ਵਿੱਚ ਸ਼ਾਮਿਲ ਹੋਣਾ ਹੈ। ਫਰਜ਼ ਬਣਦੇ ਨੇ ਸਾਡੇ, ਧੰਨਵਾਦ ਕਰਾਉਣੇ ਹੱਕ ਨਹੀਂ ਬਣਦੇ। ਗੁਰੂ ਸਾਨੂੰ ਸਮਤ ਬਖਸ਼ੇ, ਅਸੀਂ ਗੁਰਮਤ ਅਨੁਸਾਰ ਆਪਣੀ ਜ਼ਿੰਦਗੀ ਜੀਏ। ਅਖੀਰ ਤੇ ਪਿਓ ਵਰਗੀ ਦਾਤ ਭਾਈ ਸਾਹਿਬ ਜੀ ਦਾ ਕਿ ਜ਼ਿਕਰ ਆਉਂਦਾ ਹੈ, ਅੰਬਨ ਕੀ ਸਦਰ ਕਤ ਮਿਟਦੇ ਅੰਬ ਲਈ ਖਾਏ। ਕਹਿੰਦੇ ਅੰਬ ਵਰਗੀ ਜਿਹੜੀ ਮਿਠਾਸ ਉਹ ਅੰਬੀ ਵਿੱਚ ਨਹੀਂ। ਇਸੇ ਤਰ੍ਹਾਂ ਪਿਤਾ ਕੋ ਪਿਆਰ ਨਾ ਪਰੋਸੀ ਪੈ ਭਾਈ, ਪਿਓ ਵਰਗਾ ਪਿਆਰ ਕੋਈ ਦੂਜਾ ਨਹੀਂ ਦੇ ਸਕਦਾ। ਪਿਓ ਨੇ ਉਂਗਲ ਫੜੀ ਹੋਵੇ, ਉੱਜੜੇ ਹੋਏ ਪਿੰਡ ਵੱਸ ਜਾਂਦੇ ਨੇ, ਅਤੇ ਜਦੋਂ ਪਿਓ ਦੀ ਬਾਂਹ ਉਂਗਲ ਛੁੱਟ ਜਾਂਦੀ ਹੈ ਤਾਂ ਵੱਸੇ ਹੋਏ ਪਿੰਡ ਵੀ ਉੱਜੜ ਜਾਂਦੇ। ਇਹ ਗੁਰੂ ਨੇ ਸਾਨੂੰ ਮਹਾਨ ਦਾਤ ਦਿੱਤੀ, ਅਤੇ ਜਗਦੇ ਦੀਵੇ ਕੀ ਨੇ, ਆਪਣੇ ਬਜ਼ੁਰਗਾਂ ਦੀ ਸ਼ਾਖ ਨੂੰ ਉੱਚਾ ਚੁੱਕਣ ਲਈ, ਦੀਵੇ ਜਗਦੇ ਰੱਖਣ ਲਈ ਸੱਚ ਦੇ ਮਾਰਗ 'ਤੇ ਚੱਲੀਏ। ਅੰਮ੍ਰਿਤ ਛਕੋ, ਸਿੰਘ ਸੱਜੋ, ਬਾਣੀ ਪੜ੍ਹੋ, ਸਰਬੱਤ ਦਾ ਭਲਾ ਮੰਗੋ, ਦਸਵੰਧ ਕੱਢੋ, ਲੋੜਵੰਦਾਂ ਦੀ ਸੇਵਾ ਕਰੋ, ਗੁਰੂ ਪੰਥ ਲਈ ਚੜ੍ਹਦੀ ਕਲਾ ਲਈ ਉਹਦੇ ਲਈ ਕੋਈ ਯੋਗਦਾਨ ਪਾਓ, ਤਾਂ ਕਿ ਲੋਕ ਕਹਿਣ ਪੁੱਤਰਾ ਤੇਰੇ ਮਾਂ ਪਿਓ ਧੰਨ ਨੇ। ਆਖੇ ਜਗਦਾ ਜੀਵ ਦੀਵਾ, ਅਤੇ ਜੇ ਜ਼ਿੰਦਗੀ 'ਚ ਇੰਨੇ ਕੁ ਮਾੜੇ ਕੰਮ ਨੇ, ਲੋਕ ਕਹਿਣ ਤੇਰੇ ਜੰਮਣ ਕੋਲੋਂ ਕੀ ਥੁੜਿਆ ਸੀ, ਜਿੰਨੇ ਮਰਜ਼ੀ ਦੀਵੇ ਜਗਾਈ ਜਾਈਏ ਉਹ ਤਾਂ ਬੁੱਝ ਜਾਣੇ। ਜਗਦੇ ਦੀਵੇ ਕੀ? ਆਪਣੇ ਬਜ਼ੁਰਗਾਂ ਨੂੰ ਜਿਉਂਦਾ ਰੱਖਣ, ਅਤੇ ਜਿਉਂਦੇ ਰੱਖਣ ਲਈ ਚੰਗੇ ਜ਼ਿੰਦਗੀ ਦੀ ਲੋੜ, ਚੰਗੇ ਆਚਰਣ ਦੀ ਲੋੜ ਹੈ। ਅਤੇ ਚੰਗਾ ਆਚਰਣ ਗੁਰੂ ਦੀ ਬਾਣੀ ਅਤੇ ਗੁਰੂ ਦੇ ਬਾਣੀ ਤੋਂ ਬਿਨਾਂ ਪ੍ਰਾਪਤ ਨਹੀਂ। ਸਤਿਗੁਰੂ ਕਿਰਪਾ ਕਰੇ, ਵਿਛੜ ਚੁੱਕੇ ਬਜ਼ੁਰਗਾਂ ਨੂੰ ਸਤਿਗੁਰੂ ਆਤਮਕ ਬਲ ਬਖਸ਼ੇ। ਆਪਣੇ ਬਜ਼ੁਰਗਾਂ ਦੇ ਨਕਸ਼ੇ ਕਦਮ ਚੱਲਦਿਆਂ ਗੁਰਦੁਆਰਿਆਂ ਦੇ ਸਿਸਟਮ ਵਿੱਚੋਂ ਇੱਕ ਤਾਂ ਸ਼ਰਾਬੀ ਮਹਿਕਮਾ ਕੱਢ ਦਿਓ, ਦੂਜਾ ਰਾਜਨੀਤਿਕ ਕੱਢ ਦਿਓ, ਆ ਘਰ ਘਰ ਬਜ਼ੁਰਗ ਪੈਦਾ ਹੋ ਜਾਂਦੇ ਜਿਹੜੇ ਵਿਚਾਰੇ ਭਟਕਦੇ ਫਿਰਦੇ। ਲੋੜ ਹੈ ਆਪਣੇ ਸਿਸਟਮ ਨੂੰ ਠੀਕ ਕਰਨ ਦੀ, ਨਾ ਕੀਰਤਨ ਕਥਾ ਰੋਜੀ ਰੋਟੀ ਰਹਿ ਜਾਏ, ਅਤੇ ਨਾ ਗੁਰਦੁਆਰੇ ਕਮਾਈ ਦਾ ਸਾਧਨ, ਨਾ ਇਹ ਚੌਧਰ ਦੇ ਅੱਡੇ ਬਣ, ਅਤੇ ਨਾ ਸਾਡੇ ਲਈ ਖੰਡ ਪਾਠ ਰਸਮਾਂ ਬਣ ਕੇ ਰਹਿ। ਸਾਰਾ ਕੁਝ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਏ। ਅੰਮ੍ਰਿਤ ਛਕੋ, ਸਿੰਘ ਸੱਜੋ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਉਹਨਾਂ ਬਜ਼ੁਰਗਾਂ ਦੇ ਨਕਸ਼ੇ ਕਦਮ ਚੱਲੀਏ ਜਿਹੜੇ ਸਾਡੇ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰਕੇ ਅਤੇ ਅਰਦਾਸ ਵਿੱਚ ਯਾਦ ਕਰਦੇ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਿਠਾਏ, ਖੋਪਰੀਆਂ ਦੁਹਾਈਆਂ, ਚਰਖੜੀਆਂ ਅਤੇ ਚੜੇ ਆਦਿਆਂ ਨਾਲ ਚੀਰੇ ਗਏ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਆ ਉਹਨਾਂ ਦੇ ਆਪਾਂ ਨਕਸ਼ੇ ਕਦਮ ਚੱਲੀਏ। ਸੰਪੂਰਨਤਾ ਕਰਾਂ, ਵਾਹਿਗੁਰੂ ਕਿਰਪਾ ਰਹਿਮਤ ਕਰੇ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਦੀ ਦਾਤ, ਅੰਮ੍ਰਿਤ ਵੇਲੇ ਦੀ ਸਤਿਗੁਰੂ ਸੁਭਾਗਤਾ ਬਖਸ਼ੇ, ਗੁਰਸਿੱਖੀ ਜੀਵਨ ਬਖਸ਼ੇ, ਵਿਛੜ ਚੁੱਕਿਆਂ ਨੂੰ ਸਤਿਗੁਰੂ ਆਤਮਕ ਅਭੇਦਤਾ ਬਖਸ਼ੇ। ਦੋ ਮਿੰਟਾਂ ਵਿੱਚ ਸੰਪੂਰਨਤਾ ਕਰਦੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਕਿਛ ਹੈ ਸੋ ਜੋ ਕਿਛ ਹੈ ਸੋ ਤੇਰਾ ਕਬੀਰ। ਸਾਉਂਦੇ
ਰਾਤ ਦਿਵਸ ਰਾਤ ਦੁਇ ਨਾਇਦਾ ਮਿਲੈ ਸਗਲ ਜਗਤ ਚੰਗਿਆ ਵਚੈ ਧਰਮ ਬਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਆਪਣੇ ਚਰਨ ਕਮਲਾਂ ਨੂੰ ਜੋੜੀ ਰੱਖਣਾ ਪਿੱਛੇ ਸਾਰੇ ਪਰਿਵਾਰ ਦੇ ਸੁਖ ਪ੍ਰਦਾਨੀ
ਦੁੱਖਾਂ ਕਲੇਸ਼ਾਂ ਵਿਘਨਾਂ ਵਿਨਾਸ਼ਾਂ ਦਾ ਨਾਸ਼ ਕਰਕੇ ਸੁੱਖਾਂ ਦਾ ਪ੍ਰਕਾਸ਼ ਸੇਵਾ ਸੰਬੰਧੀਆਂ ਦਾਤਾਂ ਬਖਸ਼ਿਸ਼ ਕਰਨ ਦੀਆਂ ਪਰਿਵਾਰ ਅਤੇ ਸੰਗਤਾਂ ਵੱਲੋਂ ਕੀਤਾ ਹੋਇਆ ਤਿਲਕੁਲ ਭੇਟਾ ਧਰਤੀ ਪ੍ਰਵਾਨ ਕਰਨਾ ਸਭਨਾਂ ਦੇ ਪਰਿਵਾਰਾਂ ਦੇ ਸੁੱਖ ਸ਼ਾਂਤਿਤਾ ਨੂੰ ਸੇਵਕਾਂ ਵੱਲੋਂ ਆਪ ਜੀ ਦੇ ਗੁਰੂ ਰਾਜ ਪ੍ਰਸ਼ਾਦ ਦੇ ਦੇਵ ਗੁਰੂ ਦਾ ਲੰਗਰ ਹਾਜ਼ਰ ਹੈ ਦਰ ਪ੍ਰਵਾਨ ਹੋਏ ਪਰਿਵਾਰਾਂ ਰਾਜ ਪ੍ਰਸ਼ਾਦ ਅਤੇ ਗੁਰੂ ਦਾ ਲੰਗਰ ਸਮੂਹ ਸੰਗਤ ਪਾਉਂਦੀ ਆ ਗਿਆ ਹੋਏ ਪਰਮ ਕਿਰਪਾ ਆਪ ਨੂੰ ਗੁਰਨਾਵਾਂ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਤ ਕਰੋ ਜੀ ਸਹੀ ਗੁਰੂ ਪਿਆਰੇ ਦੇਵ ਜਿਨ੍ਹਾਂ ਜਿਲਿਆਂ ਤੇਰਾ ਹੀ ਨਾਮ ਜਿੱਤਿਆ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਭਈਆ ਕਾਲ ਕੀ ਸਭ ਸਿੱਖਣ ਤੋਂ ਹੁਕਮ ਹੈ ਗੁਰੂ ਗ੍ਰੰਥ ਜੀ ਮਾਰਿਓ ਗੁਰੂ ਗ੍ਰੰਥ ਤੋਂ ਮੈਂ ਪੁੱਛਾਂ ਸਜੇ ਹੋਏ ਜਵਾਨਾਂ ਦੀ ਸੁਖ ਸਮਾਪਤੀ ਹੋ ਚੁੱਕੀ ਹੈ।
उनके स्तोत्र तो सब देव ग्रह आदि पर रहे थे। सत्कार योग सरकार त्रिलोचक संगी से तो परिवार नाम अंतर की प्रकट कर दिया हुआ एक दो मिनट तो बैठना भी साझ करके उस तो तक इस कामस्थान के मुख्य सेवादार जथेदार जगजीत सिंह जी खालसा परिवार वालों आई संगत का धन्यवाद करके आओ सत्कार योग भाई सरकार त्रिलोचक संगी से तो वाहेगुरु जी का खालसा वाहेगुरु जी की ਜਦੋਂ ਮਨੁੱਖ ਇਸ ਸੰਸਾਰ 'ਤੇ ਆਉਂਦਾ ਆਉਣ ਤੋਂ ਬਾਅਦ ਹੌਲੀ ਹੌਲੀ ਜਿਉਂ ਜਿਉਂ ਵੱਡਾ ਹੁੰਦਾ ਉਹਦੀਆਂ ਇੱਛਾਵਾਂ ਵੀ ਵੱਡੀਆਂ ਹੁੰਦੀਆਂ ਜਾਂਦੀਆਂ ਉਹਦੀਆਂ ਖਾਹਿਸ਼ਾਂ ਵੱਡੀਆਂ ਹੁੰਦੀਆਂ ਜਾਂਦੀਆਂ ਇੱਕ ਖਾਹਿਸ਼ ਹਮੇਸ਼ਾ ਸਾਡੇ ਸਾਰਿਆਂ ਦੇ ਵਿੱਚ ਰਹਿੰਦੀ ਹੈ ਵੀ ਕਿਉਂ ਨਾ ਸਾਡਾ ਬੈਂਕ ਬੈਲੈਂਸ ਵੀ ਵੱਡਾ ਹੋਵੇ ਸਾਡੇ ਕੋਲ ਨਵੀਆਂ ਕਾਰਾਂ ਹੋਣ ਸਾਡੇ ਕੋਲ ਸ਼ੋਹਰਤ ਵੀ ਹੋਵੇ ਦੇਖਣ ਵਾਲੇ ਸਾਨੂੰ ਆ ਕੇ ਸਲਾਮਾਂ ਵੀ ਕਰ ਚੌਧਰ ਵੀ ਹੋਵੇ ਸਾਡੇ ਕੋਲ ਇਹ ਇੱਕ ਜੀਵਨ ਦੀ ਇੱਕ ਬੇਸਿਕ ਜੀ ਖਾਹਿਸ਼ ਹੈ ਜਿਹੜੇ ਆਪਾਂ ਸਾਰੇ ਰੱਖਦੇ ਹਾਂ ਪੂਰੀ ਹੋਵੇ ਜਾਂ ਨਾ ਹੋਵੇ ਇਹ ਗੱਲ ਉੱਥੇ ਹੀ ਇਸੇ ਖਾਹਿਸ਼ ਦੇ ਤਹਿਤ ਅਸੀਂ ਵੀ ਯੂ ਐਸ ਏ ਚਲੇ ਗਏ ਸਰਦਾਰ ਪਰਮੰਤ ਸਿੰਘ ਜੀ ਇਹ ਸਾਡੇ ਰਿਸ਼ਤੇਦਾਰ ਨੇ ਇਹ ਵੀ ਉੱਥੇ ਚਲੇ ਗਏ ਸੋ ਜਦੋਂ ਬੈਂਕ ਬੈਲੈਂਸ ਦੀ ਗੱਲ ਆਉਂਦੀ ਹੈ ਖਾਸ ਤੌਰ 'ਤੇ ਕਈ ਵੀ ਅਸੀਂ ਕਹਿੰਦੇ ਹਾਂ ਜੀ ਇਸ ਬੰਦੇ ਨੇ ਤਾਂ ਇੰਨਾ ਬੈਂਕ ਬੈਲੈਂਸ ਬਣਾ ਲਿਆ ਇੰਨੇ ਪੈਸੇ ਇਕੱਠੇ ਕਰ ਲਏ ਇਹ ਤਾਂ ਸੱਤ ਮਹੀਨਿਆਂ ਤੱਕ ਨਾਲ ਅਸੀਂ ਇਹ ਵੀ ਭਾਈ ਸਾਹਿਬ ਨੇ ਜਿਸ ਤਰ੍ਹਾਂ ਪ੍ਰਚਾਰਕਾਂ ਨੇ ਦੱਸਿਆ ਕਿ ਇਹ ਬੈਂਕ ਬੈਲੈਂਸ ਜਿਹੜਾ ਨਾ ਇਹ ਸਾਨੂੰ ਪਤਾ ਕਿ ਸਾਡੇ ਨਾਲ ਆਉਂਦਾ ਬਿਲਕੁਲ ਕਈ ਵੀ ਅਸੀਂ ਕਹਿੰਦੇ ਹਾਂ ਵੀ ਇਹ ਸੱਤ ਪੀੜ੍ਹੀਆਂ ਤੱਕ ਨਹੀਂ ਮੁੱਕਣਾ ਦੂਸਰੇ ਪਾਸੇ ਅਸੀਂ ਇਹ ਵੀ ਕਹਿੰਦੇ ਹਾਂ ਵੀ ਕਿਵੇਂ ਨਾਲ ਨਹੀਂ ਜਾ ਸਰਦਾਰ ਪਰਮੰਤ ਸਿੰਘ ਹੋਰਾਂ ਨੇ ਇਹੋ ਜਿਹਾ ਬੈਂਕ ਬਣਾਇਆ ਇਹ ਇਹੋ ਜਿਹਾ ਬੈਂਕ ਬੈਲੈਂਸ ਬਣਾਇਆ ਔਰ ਇੰਨਾ ਜ਼ਿਆਦਾ ਬਣਾਇਆ ਕਿ ਜਿਹੜਾ ਸੱਤ ਪੀੜ੍ਹੀਆਂ ਤੋਂ ਗਾਂਹ ਤੱਕ ਵੀ ਚੱਲੇਗਾ ਔਰ ਜਿਹੜਾ ਬਕਾਇਆ ਮੁੱਕਣਾ ਵੀ ਨਹੀਂ ਕੋਈ ਇਸ ਤਰ੍ਹਾਂ ਦਾ ਬੈਂਕ ਬੈਲੈਂਸ ਹੈ ਕਿ ਜਦੋਂ ਇਹਨਾਂ ਦਾ ਅੰਤਮ ਸੰਸਕਾਰ ਹੋਇਆ ਅਮਰੀਕਾ ਦੇ ਵਿੱਚ ਅਸੀਂ ਉੱਥੇ ਗਏ ਅਤੇ ਆਮ ਤੌਰ 'ਤੇ ਸਿਆਣੇ ਕਹਿੰਦੇ ਨੇ ਵੀ ਬੰਦੇ ਦੀ ਜਿਹੜੀ ਸ਼ੋਹਰਤ ਹੈ ਬੰਦੇ ਦਾ ਜਿਹੜਾ ਬੈਂਕ ਬੈਲੈਂਸ ਹੈ ਉਹ ਇਸ ਗੱਲ ਤੋਂ ਪਤਾ ਲੱਗਦਾ ਵੀ ਜਦੋਂ ਉਹਦਾ ਅੰਤਮ ਸੰਸਕਾਰ ਹੋਇਆ ਹੋ ਰਿਹਾ ਹੋਵੇ ਕਿ ਕਿੰਨੇ ਬੰਦੇ ਮਤਲਬ ਚੱਲ ਕੇ ਜਾ ਰਹੇ ਇਹ ਉਹਦਾ ਬੈਂਕ ਬੈਲੈਂਸ ਹੁੰਦਾ ਅਸੀਂ ਜਦੋਂ ਲਾਸ ਐਂਜਲਸ ਦੇ ਵਿੱਚ ਇਹਨਾਂ ਦੇ ਉਹ ਸਿੱਕੇ ਦੇ ਵਿੱਚ ਸੰਸਕਾਰ ਹੋ ਰਿਹਾ ਸੀ ਇਹ ਸਿਚੁਏਸ਼ਨ ਇਹ ਸੀ ਹਾਲਤ ਇਹ ਸੀ ਕਿ ਹਾਲ ਤਾਂ ਭਰਿਆ ਹੋਇਆ ਸੀ ਬਾਹਰ ਸਪੈਸ਼ਲ ਟੈਂਟ ਲਾਉਣੇ ਪਏ ਆਉਣ ਵਾਲੇ ਜਿਹੜੇ ਸੀਗੇ ਦੋਸਤ ਮਿੱਤਰ ਸ਼ਰਧਾਲੂ ਸਾਰਿਆਂ ਦੇ ਵਾਸਤੇ ਕਿ ਇੰਨੀ ਜਗ੍ਹਾ ਨਹੀਂ ਸੀ ਉਹ ਜਿਹੜਾ ਬੈਂਕ ਬੈਲੈਂਸ ਸੀ ਉੱਥੇ ਗੁਰਦੁਆਰੇ ਵਿੱਚ ਹੀ ਪਤਾ ਲੱਗਦਾ ਸੀ ਇਹ ਬੈਂਕ ਬੈਲੈਂਸ ਇਕੱਲਾ ਸਰਦਾਰ ਬਲਵੰਤ ਸਿੰਘ ਨੇ ਹੀ ਬਣਾਇਆ ਇਹਨਾਂ ਦੇ ਭਰਾ ਵੱਡੇ ਭਰਾ ਮਾਸਟਰ ਰਣਜੀਤ ਸਿੰਘ ਜੀ ਜਦੋਂ ਉਹ ਅਕਾਲ ਚਲਾਣਾ ਕਰ ਗਏ ਅਤੇ ਮੇਰੀ ਭੈਣ ਗਈ ਸੀ ਮੈਂ ਉੱਥੇ ਬਾਹਰ ਸੀ ਉਹਨਾਂ ਨੇ ਗੱਲ ਦੱਸੀ ਦੇਖੋ ਜੀ ਮੈਨੂੰ ਕਹਿੰਦੀ ਵੀਰੇ ਇੰਨਾ ਜ਼ਿਆਦਾ ਕੱਟ ਸੀ ਵੀ ਬੈਠਣ ਨੂੰ ਜਗ੍ਹਾ ਨਹੀਂ ਸੀ ਇੰਨਾ ਜ਼ਿਆਦਾ ਕੱਟ ਸੀ ਸੋ ਮੈਂ ਕਿਹਾ ਭੈਣੇ ਇਹ ਉਹਨਾਂ ਦਾ ਬੈਂਕ ਬੈਲੈਂਸ ਇਸ ਬੈਂਕ ਬੈਲੈਂਸ ਨੂੰ ਨਾਲ ਵੀ ਕਹਿਣਾ ਔਰ ਇਹ ਪੁਸ਼ਤਾਂ ਤੱਕ ਰਹਿਣਾ ਹੁਣ ਦੂਸਰੀ ਗੱਲ ਮੈਂ ਕਰਦਿਆਂ ਕਿ ਇਹਨਾਂ ਦੇ ਦੋ ਬੱਚੇ ਅਮਰੀਕਾ 'ਚ ਨੇ ਇੱਕ ਇੱਥੇ ਨੇ ਇਹਨਾਂ ਦਾ ਵੱਡਾ ਜਿਹੜਾ ਬੇਟਾ ਇਕਬਾਲ ਸਿੰਘ ਹੈ ਉਹ ਇੰਨਾ ਜ਼ਿਆਦਾ ਸੇਵਾਦਾਰਾਂ ਦੇ ਦੋ ਦੋਸਤ ਕਿਤੇ ਸੰਗਤ ਦੇ ਵਿੱਚ ਬੈਠੇ ਮੈਨੂੰ ਹੈਰਾਨੀ ਹੋਈ ਇਹਨਾਂ ਨੂੰ ਦੇਖ ਕੇ ਭਾਈ ਅਮਰੀਕ ਸਿੰਘ ਜੀ ਅਤੇ ਭਾਈ ਕਰਨੈਲ ਸਿੰਘ ਜੀ ਕੈਲੀਫੋਰਨੀਆ ਸਟੇਟ ਦੇ ਵਿੱਚ ਕਿਤੇ ਕੋਈ ਵੱਡਾ ਪ੍ਰੋਗਰਾਮ ਹੋਵੇ ਕੋਈ ਨਗਰ ਕੀਰਤਨ ਹੋਵੇ ਕੋਈ ਵੱਡੇ ਲੈਵਲ 'ਤੇ ਕੀਰਤਨ ਦਰਬਾਰ ਸਜਿਆ ਹੋਵੇ ਜਾਂ ਕੋਈ ਵੱਡਾ ਆਰਗੇਨਾਈਜੇਸ਼ਨ ਵੱਲੋਂ ਆਈ ਜੀ ਐਸ ਆਰਗੇਨਾਈਜੇਸ਼ਨ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਨਮਦਿਨ 'ਤੇ ਦਰਬਾਰ ਖਾਲਸਾ ਦਾ ਦੀਵਾਨ ਆਉਂਦੀ ਹੈ ਹਜ਼ਾਰਾਂ ਲੋਕਾਂ ਦਾ ਇਕੱਠ ਹੁੰਦਾ ਹਜ਼ਾਰਾਂ ਦਾ ਜਿਹੜਾ ਯੂਨੀਵਰਸਿਟੀ ਵਿੱਚ ਗੁਰਪੁਰਬ ਦਾ ਸਮਾਗਮ ਦਾ ਉਹਦੇ ਵਿੱਚ ਲੱਖਾਂ ਦਾ ਇਕੱਠ ਹੁੰਦਾ ਇਹਨਾਂ ਦਾ ਵੱਡਾ ਬੇਟਾ ਇਹ ਭਾਈ ਅਮਰੀਕ ਸਿੰਘ ਭਾਈ ਕਰਨੈਲ ਸਿੰਘ ਜੀ ਬੰਦੇ ਨਾਲ ਤਿੰਨ ਤਿੰਨ ਚਾਰ ਚਾਰ ਦਿਨ ਪਹਿਲਾਂ ਉਹ ਤਿਆਰੀ ਸ਼ੁਰੂ ਕਰ ਦਿੰਦੇ ਆ ਵੀ ਲੰਗਰ ਬਣਾ ਦਿੰਦੇ ਐਤਵਾਰ ਨੂੰ ਕੋਈ ਅਜਿਹਾ ਲੰਗਰ ਨਹੀਂ ਹੋਊਗਾ ਜਿਹਦੇ ਵਿੱਚ ਸਰਦਾਰ ਇਕਬਾਲ ਸਿੰਘ ਉਹਨੇ ਆਪਣੇ ਸਾਥੀਆਂ ਦੇ ਨਾਲ ਸੇਵਾ ਨਾ ਕਰ ਰਹੇ ਹੋ ਸਵੇਰੇ ਉੱਠ ਕੇ ਪਹਿਲਾਂ ਕੰਮ ਨਵੇਂ ਜਦੋਂ ਉੱਠਣਾ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਅਤੇ ਜਾ ਕੇ ਲੰਗਰ ਬਣਾਉਣਾ ਸ਼ੁਰੂ ਕਰ ਦੇਣਾ ਕਿਸ ਲੰਗਰ ਕਿਸੇ ਦਾ ਹੋਵੇ ਨਾ ਹੋਵੇ ਕਿਸੇ ਨੇ ਸੱਦਿਆ ਹੋਵੇ ਨਾ ਸੱਦਿਆ ਹੋਵੇ ਲੰਗਰ ਦੀ ਜ਼ਿੰਮੇਵਾਰੀ ਇਹਨਾਂ ਦੀ ਹੈ ਕਿੰਨਾ ਵੱਡਾ ਕੰਮ ਹੈ
लॉस एंजल्स की सारी कैलिफोर्निया के लोग इन्होंने लंगर की सेवा करके काम किया। इन्होंने छोटा भरा मैनो जितेंद्र पाल सिंह वो इन्ना सेवादार है कि जो रिवर साइड के गुरुद्वारे स्कूल है सारा पंजाबी का स्कूल भी उन्होंने चलाया। स्कूल चलाने के नाल नाल जितने भाई साहब दस रहे थे कि साड़ी सिक्की जी है हवाई जहाजा के राही बाहर जा रही है, पर मैं सोचना यह चंगा काम है इतने सिक्की का हाल देख के इन्होंने एक हफ्ते ही देखा उस हाल नाल असं कहने भी सिक्के ही होना चाहिए कई गुणा चंगे हैं जेडे सिक्खी बाहर जा रही है। तुम गुरुद्वारे जाके देखो मैं भाई जतेंद्र समाल जी की गल कर रहा है ये उन्होंने कीर्तन का बच्चों की स्पैशल क्लासा लाइया हुई गुरबाणी स्पैशल क्लासा लाइया हुई इन्होंने अपने दो बच्चे बच्चा इन्हों का अमेरिका पैदा होया दोनों यूनिवर्सिटी उचेरी विद्या प्राप्त कर रहे हैं, पर तुम हैरानी होगी कि वो दोनों क्लासिकल गाते गुरबाणी के रागा के इन्ने बाहर ने कि उन्होंने बिना गुरुद्वारे का कोई कीर्तन प्रोग्राम संपूर्ण नहीं होगा। इतने ही नहीं कि उन्होंने गुरबाणी जबानी याद भी है कई बार गुरुद्वारे को बाहर इंडिया तो रागी चले जाते हैं कीर्तन कर रहे होंगे ने वो बैठे बैठे अपने सैलफोन के उत्ते उन्होंने सारी गुरबाणी पाई हुई है सैलफोन तो देख के शब्द का व्याख्या कर देते हैं नाल ये भी दस देते हैं कि ये भाई साहब रात तो बाहर जा रहे इन्नी उन्होंने ज्ञानता है। आप आप छोटे होंगे मैं सीधे छोटे होंगे कहानी सुनते होंगे सके माता पिता तो कि गुरु साहब के स्पिरिट च रह रहे होंगे कहते सके एक जा एक जगह जाके मिल गया कि तुम सारे वसते रहो दूसरी जगह जाके गया भी तुम सारे उजड़ जाओ तो मैंने वो गल तो सारे भी याद होनी है कि उजड़ जाओ वाली गल थोड़ी जी चंगी लगी है कि बाहर सिक्खी इन्नी ज़्यादा है इन्नी संपूर्ण है कि उन्होंने देख के तुम हैरान हो जाओगे और वो संपूर्णता जी है इस तरह जिस तरह उन्होंने बच्चा अखबार सिंह है जी है भाई जतेंद्र जी है इन्होंने छोटे बेटे है गोल्ड भी इतने काम करता जिन्ना सिक्खी उन्होंने उत्तर उस बूटे को पानी दिता है और कोई नहीं दे सकता। मैं अपने आप इस गल की बड़े फख्र महसूस करता है कि साड़ी इस परिवार के नाल रिश्तेदारी है। सो भाई साहब कर रहे थे गल एक होर के बाहर चले जा रहे हैं खाली हो गया ਅਤੇ ਖਾਲੀ ਹੋਣਾ ਤੋਂ ਬਹੁਤਾ ਸਾਨੂੰ ਨੁਕਸਾਨ ਨਹੀਂ ਜੇ ਅਸੀਂ ਧਰਤੀ ਨਾਲ ਜੁੜੇ ਹੁੰਦੇ ਤਾਂ ਅਸੀਂ ਪਾਕਿਸਤਾਨ ਦੇ ਵਿੱਚ ਹੀ ਬੈਠੇ ਹੁੰਦੇ ਮੁੱਖ ਮੁੱਖ ਸਾਡਾ ਪਾਕਿਸਤਾਨ ਸੀਗਾ ਸਾਡੇ ਮਾਂ ਬਾਪ ਸਾਡੇ ਪਿਓ ਦਾਦੇ ਪੜਦਾਦੇ ਪਾਕਿਸਤਾਨ 'ਚ ਪੈਦਾ ਹੋਏ ਸੀ ਅਸੀਂ ਪਾਕਿਸਤਾਨ ਨਾਲ ਜੁੜੇ ਰਹਿਣਾ ਸੀ ਆਪਣਾ ਧਰਮ ਤਬਦੀਲ ਕਰ ਰਹਿਣਾ ਸੀ ਪਰ ਹਾਲਾਤ ਇਹ ਹੈ ਕਿ ਅਸੀਂ ਧਰਮ ਨੂੰ ਪੈਰ ਦਿੱਤੀ ਜਗ੍ਹਾ ਦਿੱਤਾ ਨਹੀਂ ਦਿੱਤੀ। ਸੋ ਇਸੇ ਤਰ੍ਹਾਂ ਜਿੱਥੇ ਰੋਟੀ ਰੋਜ਼ੀ ਦਾ ਮਸਲਾ ਹੱਲ ਹੁੰਦਾ ਉਹੀ ਅਸਲ 'ਚ ਦੇ ਵਿੱਚ ਇਨਸਾਨ ਦਾ ਮੁੱਲ ਹੁੰਦਾ ਜਿੱਥੇ ਇਨਸਾਨ ਆਪਣੇ ਧਰਮ ਨੂੰ ਖੁਸ਼ੀ ਨਾਲ ਪ੍ਰਫੁੱਲਤ ਕਰ ਸਕੇ ਉਹੀ ਉਸ ਦਾ ਮੁੱਲ ਹੁੰਦਾ। ਸੋ ਇਹ ਜਿਹੜਾ ਬਾਹਰ ਜਾਣਾ ਕੋਈ ਇਹਦੇ ਨਾਲ ਸਾਨੂੰ ਨੁਕਸਾਨ ਨਹੀਂ ਹੋਇਆ ਜੋ ਇੱਥੋਂ ਦੀਆਂ ਲੋਕਲ ਸਿਆਸੀ ਗੱਲਾਂ ਨੇ ਉਹ ਇੱਥੋਂ ਨਾਲ ਜੁੜੀਆਂ ਹੋਈਆਂ ਉਹ ਇੱਥੋਂ ਦੇ ਲੋਕਾਂ ਨੇ ਹੱਲ ਕਰਨੀਆਂ ਇੱਥੋਂ ਦੀ ਸੰਗਤ ਦੇ ਨਾਲ ਸੰਗਤ ਨੇ ਹੱਲ ਕਰਨੀਆਂ ਹੈਗੀਆਂ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਨੂੰ ਬੇਨਤੀ ਕਰਾਂਗੇ ਕਿ ਭਾਈ ਸਾਹਿਬ ਸਰਦਾਰ ਗੁਰਮਤ ਸਿੰਘ ਜੀ ਬੜੇ ਗੁਰਮਤ ਪਰਿਵਾਰ ਦੇ ਬੰਦੇ ਸਨ ਇਹ ਆਪ ਹੀ ਨਹੀਂ ਬਲਕਿ ਇਹਨਾਂ ਦਾ ਸਾਰਾ ਖਾਨਦਾਨ ਹੀ ਬੜਾ ਗੁਰਮਤ ਪਰਿਵਾਰ ਪਰਿਵਾਰ ਹੈ ਜਿਹਨਾਂ ਕੋਲ ਬਹੁਤ ਵੱਡਾ ਬੈਂਕ ਬੈਲੈਂਸ ਹੈ ਜਿਹੜਾ ਸਾਨੂੰ ਆਪ ਨੇ ਦੱਸਿਆ ਜਿਸ ਤੋਂ ਮੈਂ ਤੁਹਾਨੂੰ ਗੱਲ ਕੀਤੀ ਆ ਪਰ ਸੰਗਤ ਦੇ ਰੂਪ 'ਚ ਤੁਹਾਨੂੰ ਸਾਰਿਆਂ ਨੂੰ ਸਪਸ਼ਟ ਨਜ਼ਰ ਆ ਰਿਹਾ ਹੈ। ਸੋ ਇਹ ਗੁਰਮਤ ਹੋਣ ਦੇ ਕਰਕੇ ਮੈਂ ਕਹਾਂਗਾ ਕਿ ਗੁਰਮਤ ਜਨਮ ਸਵਾਰ ਦਾ ਘਰ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਭਿੜ ਮੱਲਿਆ ਆਓ ਗੁਰੂ ਚਰਨਾਂ 'ਚ ਕਰੀਏ ਅਰਦਾਸ ਸਾਰੀ ਸੰਗਤ ਮਿਲ ਕੇ ਇਹੋ ਸੱਜਣ ਅਸੀਂ ਸੱਜਣਾ ਹੋਵੇ ਸਾਹਿਬ ਸਿਉਂ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।